ਜਿਨ੍ਹਾਂ ਨੇ ਬਹੁਤ ਹੀ ਭਾਵਪੂਰਕ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਆਪਣੇ ਨਿਵੇਕਲੇਪਨ ਨੂੰ ਦਰਸਾਇਆ ਹੈ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲ, ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ, ਉਹ ਆਉਣ ਸਿੱਖ ਸੰਗਤਾਂ ਦੇ ਹਜ਼ੂਰ ਹਾਜ਼ਰੀ ਲਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ, ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਡਾਕਟਰ ਹਰਪਾਲ ਸਿੰਘ ਜੀ ਪੰਨੂ ਸਾਹਿਬ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਨੇ, ਡਾਕਟਰ ਅਨੁਰਾਗ ਸਿੰਘ ਜੀ ਜਿਨ੍ਹਾਂ ਨੇ ਆਪੋ ਆਪਣੇ ਵਿਸ਼ੇ ਅਨੁਸਾਰ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦਾ ਜੋ ਵਿਸ਼ਾ ਜਬ ਲੱਗ ਖਾਲਸਾ ਰਹੇ ਨਿਆਰਾ, ਔਰ ਆਪਾਂ ਸਾਰੇ ਗੁਰੂ ਦਾ ਨਾਦੀ ਪਰਿਵਾਰ ਹੈ, ਸੰਸਾਰ ਵਿੱਚ ਜਾਂ ਬਿੰਦੀ ਸੰਤਾਨ ਹੈ ਜਾਂ ਨਾਦੀ ਸੰਤਾਨ ਹੈ, ਬਿੰਦੀ ਸੰਤਾਨ ਜੋ ਮਾਤਾ ਪਿਤਾ ਦੀ ਅੱਗੇ ਸੰਤਾਨ ਚੱਲਦੀ ਹੈ, ਨਾਦੀ ਆਪਣੇ ਵਡੇਰਿਆਂ ਨੇ ਪੂਰਵਜ਼ਾਂ ਨੇ ਗੁਰੂ ਦਾ ਸ਼ਬਦ ਸੁਣਿਆ, ਇਤਿਹਾਸ ਸੁਣਿਆ, ਧੁਨ ਸੁਣੀ, ਉਹਨਾਂ ਨੂੰ ਇਹ ਧਰਮ ਬੜਾ ਪਿਆਰਾ ਲੱਗਾ, ਚੰਗਾ ਲੱਗਾ, ਉਹਨਾਂ ਨੇ ਗ੍ਰਹਿਣ ਕੀਤਾ, ਆਪਾਂ ਵਾਰਸ ਬਣ ਗਏ। ਤਾਂ ਨਾਦੀ ਪਰਿਵਾਰ ਸਦੀਵ ਕਾਲ ਹੁੰਦਾ। ਅੱਜ ਅਸੀਂ ਬੈਠੇ ਹਾਂ, ਪੰਜਾਹ ਸੱਠ ਸੌ ਸਾਲ, ਪੰਜ ਸੌ ਸਾਲ, ਹਜ਼ਾਰਾਂ ਸਾਲਾਂ ਬਾਅਦ ਵੀ ਕੋਈ ਬੈਠੇ ਹੋਣਗੇ ਜਿਹੜੇ ਆਪਣੇ ਗੁਰੂ ਦੀ ਵਡਿਆਈ, ਗੁਰੂ ਦੀ ਸ਼ੋਭਾ, ਗੁਰੂ ਦਾ ਇਤਿਹਾਸ, ਗੁਰੂ ਦੇ ਫਲਸਫੇ ਦਾ ਚਿੰਤਨ ਮੰਥਨ ਕਰਦੇ ਹੋਣਗੇ। ਤਾਂ ਇਹ ਜ਼ਿੰਮੇਵਾਰੀ ਹਰ ਕਾਲ ਦੇ ਵਿੱਚ, ਇਸੇ ਲਈ ਸਰਬਲੋਹ ਗ੍ਰੰਥ ਵਿੱਚ ਹੈ ਖਾਲਸਾ ਕਾਲ ਪੁਰਖ ਕੀ ਫੌਜ। ਵੈਸੇ ਲਿਖ ਦਿੰਦੇ ਅਕਾਲ ਪੁਰਖ ਕੀ ਫੌਜ, ਸ਼ਬਦ ਉੱਥੇ ਬੜੇ ਵਿਦਵਾਨ ਸੱਜਣ ਬੈਠੇ ਹੋ, ਇਹ ਕਾਲ ਤੇ ਅਕਾਲ ਦੋਨਾਂ ਚ ਅੰਤਰਾ ਜ਼ਰੂਰ ਹੈ। ਤੇ ਖਾਲਸਾ ਜਿਹੜਾ ਹਰ ਸਮੇਂ ਦੇ ਵਿੱਚ, ਜਿਸ ਸਮੇਂ ਵਿੱਚ ਵੀ ਕਿਸੇ ਵੀ ਧਰਤੀ ਤੇ ਬੈਠਾ, ਮੈਂ ਤਾਂ ਅੱਗੇ ਕਹਿੰਦਾ ਉਹਨੂੰ ਵੀ ਅਸੀਂ 196 ਦੇਸ਼ ਨੇ ਦੁਨੀਆਂ ਦੇ, 160 ਦੇਸ਼ਾਂ ਚ ਗੁਰੂ ਦਾ ਇਹ ਪਰਿਵਾਰ, ਨਾਦੀ ਪਰਿਵਾਰ ਵਸਦਾ, ਔਰ ਜਿੱਥੇ ਜਿੱਥੇ ਵੀ ਬੈਠਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਹਿਤ ਦੀ ਮੰਗ ਕਰਦਾ। ਭਾਵੇਂ ਕੋਈ ਅਰਬਾਂ ਚ ਬੈਠਾ, ਭਾਵੇਂ ਕੋਈ ਪੱਛਮ ਚ ਬੈਠਾ, ਉਹ ਕਹਿੰਦਾ ਵੀ ਜਿੱਥੇ ਵੀ ਖਾਲਸਾ ਹੈ ਗੁਰੂ ਦਾ, ਉਹਦੀ ਰੱਛਿਆ ਰਹਿਤ, ਉਹਦੀ ਚੜ੍ਹਦੀ ਕਲਾ ਤੇ ਆਪਣੇ ਵਡੇਰਿਆਂ ਦੀ ਕਮਾਈ ਦਾ ਧਿਆਨ ਧਰਕੇ ਹਰ ਥਾਂ ਤੇ ਵਾਹਿਗੁਰੂ ਬੋਲਦਾ। ਇਹ ਕਿਹੜੀ ਸ਼ਕਤੀ ਹੈ ਜਿਹੜੀ ਹਰ ਧਰਤੀ ਦੇ ਉੱਤੇ ਵਰਸ ਰਹੀ ਹੈ? ਇਹ ਗੁਰੂ ਦੀਆਂ ਉਹ ਬਖਸ਼ਿਸ਼ਾਂ ਨੇ, ਉਹ ਨਿਆਰਾਪਣ ਹੈ ਜਿਹੜੀਆਂ ਸਾਨੂੰ ਸਰਦਾਰੀਆਂ, ਇਹ ਵਡਿਆਈਆਂ, ਇਹ ਸ਼ੋਭਾ ਬਖਸ਼ਿਸ਼ ਕੀਤੀ ਹੈ। ਔਰ ਉਹਦੇ ਵਿੱਚ ਕਿਉਂਕਿ ਜਿਹੜੇ ਅਨੁਭਵੀ, ਸ਼ਰਧਾ ਵਾਲੇ, ਭਾਵਨਾ ਵਾਲੇ ਗੁਰਮੁਖ ਪਿਆਰੇ ਲਿਖਾਰੀ ਹੋਣ, ਬੁਲਾਰੇ ਹੋਣ, ਉਹਨਾਂ ਨੇ ਕਦੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 'ਚ ਫਰਕ ਨਹੀਂ ਕੀਤਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਅੱਗੇ ਚੱਲਦੀ ਹੈ। ਔਰ ਜਿਹੜਾ ਭਾਈ ਗੁਰਦਾਸ ਜੀ ਦਾ ਸ਼ਬਦ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਮਲ ਪੰਥ ਹੀ, ਇਹਦੇ ਬਹੁਤ ਸਾਰੇ ਸ਼ਬਦ ਨੇ, ਨਿਰਮਲ ਪੰਥ, ਤੀਸਰ ਪੰਥ, ਗੁਰੂ ਪੰਥ, ਖਾਲਸਾ ਪੰਥ, ਸਿੱਖ ਪੰਥ, ਵੀਰ ਪੰਥ, ਗੁਰਮੁਖ ਪੰਥ, ਨਿਆਰਾ ਪੰਥ, ਜਿਸ ਵੀ ਸ਼ਬਦ ਨੂੰ ਲੈ ਕੇ ਕੋਈ ਵਿਆਖਿਆ ਕਰੇਗਾ, ਕੋਈ ਵਿਚਾਰ ਗੋਸ਼ਟੀ ਕਰੇਗਾ, ਉਹੀ ਸ਼ਬਦ ਸਾਡੀ ਭਾਵਨਾ ਨੂੰ ਜਗਾਉਣਗੇ ਔਰ ਸਾਡੀ ਪ੍ਰੇਰਕ ਸ਼ਕਤੀ ਬਣਨਗੇ। ਔਰ ਇਹਦੇ ਬਾਰੇ ਅਸੀਂ ਚਾਰ ਹਵਾਲੇ ਵਰਤਦੇ ਹਾਂ। ਪਹਿਲਾ, ਸੱਤੇ ਬਲਵੰਡ ਦੀ ਵਾਰ ਵਿੱਚੋਂ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਵੀ 10 ਗੁਰੂ ਇੱਕ ਜੋਤ ਕਿਵੇਂ ਨੇ? ਜੋਤ ਉਹ ਹੈ ਤੇ ਜੁਗਤ ਵੀ ਉਹ ਹੈ। ਸਰੀਰ ਪਰਿਵਰਤਨ ਹੁੰਦੇ ਨੇ, ਸਰੀਰ ਦਾ ਨਾਂ ਹੋ ਸਕਦਾ ਭਿੰਨ, ਜੋਤ ਦੀ ਸ਼ਕਤੀ ਉਹੀ ਹੈ। ਦੂਸਰਾ ਆਧਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਵੈਸੇ ਬਹੁਤ ਵਾਰੀ ਇਹ ਪ੍ਰਕਰਨ ਆਏ ਨੇ ਜੋਤ ਦੇ, ਪਰ ਸਹਿਜ ਭਾਵੀ ਆ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਜਾਂ ਇਸ ਤਰ੍ਹਾਂ ਬਹੁਤ ਸਾਰੇ ਪ੍ਰਕਰਨ ਨੇ ਜਿਹੜੇ ਜੋਤ ਨਾਲ ਸੰਬੰਧਿਤ ਨੇ। ਤੀਸਰਾ ਹੈ ਭਾਈ ਨੰਦ ਲਾਲ ਜੀ ਦਾ ਜੋਤ ਵਿਗਾਸ,
ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕਸ ਤੇ ਬਹੁਤ ਲੰਬੀ ਪ੍ਰਕਰਨ ਉਹਨਾਂ ਦਾ ਚੱਲਦਾ। ਹਮੂ ਦਾ ਅਰਥ ਪਰਸ਼ੀਅਨ ਵਿੱਚ ਉਹੀ ਹੈ, ਉਹੀ ਗੁਰੂ ਗੋਬਿੰਦ ਸਿੰਘ ਨੇ। ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕਸਤ ਉਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਔਰ ਚੌਥਾ ਪ੍ਰਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਵਿਚਿੱਤਰ ਨਾਟਕ ਵਿੱਚ ਹੈ, ਗੁਰੂ ਨਾਨਕ ਅੰਗਦ ਕਰ ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਾ ਪਾਇਓ। ਇਹ ਵੀ ਪ੍ਰਕਰਨ ਗਾ ਨੌਵੇਂ ਪਾਤਸ਼ਾਹ ਤੱਕ ਚੱਲਦਾ। ਔਰ ਸਤਿਗੁਰਾਂ ਨੇ ਬੜਾ ਸਪਸ਼ਟ ਕਰ ਦਿੱਤਾ, ਜਿਸ ਤਰ੍ਹਾਂ ਸਰਦਾਰ ਅਨੁਰਾਗ ਸਿੰਘ ਜੀ ਆਪ ਜੀ ਨਾਲ ਸਾਂਝ ਪਾ ਕੇ ਗਏ ਨੇ। ਸਤਿਗੁਰੂ ਕਹਿੰਦੇ ਉਹੀ ਗੁਰੂ ਨਾਨਕ ਪਾਤਸ਼ਾਹ ਨੇ, ਉਹੀ ਗੁਰੂ ਅੰਗਦ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਵਿਚਿੱਤਰ ਨਾਟਕ ਵਿੱਚ। ਪਰ ਇੱਕ ਸ਼ਬਦ ਬੜਾ ਜਿਹੜਾ ਸਚੇਤਤਾ ਦਾ ਮੰਤਰ ਹੈ ਕਿ ਸਾਧਨ ਲਖਾ ਮੂੜ ਨਾ ਪਾਇਓ। ਜਿਹੜੇ ਸਾਧਨਾ ਵਾਲੇ ਨੇ, ਅਨੁਭਵੀ ਨੇ, ਜਿਹੜੇ ਸਮਝ ਰੱਖਦੇ ਨੇ ਗੁਰੂ ਗ੍ਰੰਥ ਦੀ, ਗੁਰੂ ਪੰਥ ਦੀ, ਗੁਰੂ ਜੋਤ ਦੀ, ਉਹਨਾਂ ਨੂੰ ਤਾਂ ਸਮਝ ਆ ਗਈ। ਮੂੜ ਤੇ ਆਪਾਂ ਮੂਰਖ ਨੂੰ ਕਹਿੰਦੇ, ਮੂਰਖਾਂ ਦੀ ਸਮਝ ਵਿੱਚ ਨਹੀਂ ਆਏਗਾ। ਹਰ ਗੱਲ ਹਰ ਇੱਕ ਦੀ ਸਮਝ ਵਿੱਚ ਆਉਂਦੀ ਵੀ ਨਹੀਂ ਹੁੰਦੀ। ਇੱਕ ਕਿਸੇ ਨੇ ਕਥਾ ਲਿਖੀ ਹੈ, ਉਹ ਦੇਸੀ ਮੱਖੀ ਦੀ ਤੇ ਸ਼ਹਿਦ ਵਾਲੀ ਮੱਖੀ ਦੀ। ਦੇਸੀ ਮੱਖੀ ਸ਼ਹਿਦ ਵਾਲੀ ਮੱਖੀ ਨੂੰ ਕਹਿੰਦੀ ਹੈ ਵੀ ਆਪਾਂ ਦੋਵੇਂ ਇੱਕੋ ਜਿਹੀਆਂ ਹੀ ਆ, ਤੇਰਾ ਨਾਂ ਵੀ ਮੱਖੀ, ਮੇਰਾ ਨਾਂ ਵੀ ਮੱਖੀ, ਤੇਰਾ ਰੰਗ ਵੀ ਕਾਲਾ ਭੂਰਾ ਜਿਹਾ, ਮੇਰਾ ਰੰਗ ਵੀ ਕਾਲਾ ਭੂਰਾ ਜਿਹਾ, ਤੇਰੇ ਕੋਲੇ ਵੀ ਦੋ ਖੰਭ, ਮੇਰੇ ਕੋਲੇ ਵੀ ਦੋ ਖੰਭ, ਤੂੰ ਵੀ ਉੱਡ ਲੈਨੀ ਆ, ਮੈਂ ਵੀ ਉੱਡ ਲੈਨੀ ਆ, ਚਿਹਰੇ ਤੇਰੇ ਕੋਲੇ ਵੀ ਚਾਰ ਲੱਤਾਂ, ਮੇਰੇ ਕੋਲੇ ਵੀ ਚਾਰ ਲੱਤਾਂ, ਤੇ ਆਪਣਾ ਖਾਨਦਾਨ ਤੇ ਇੱਕੋ ਹੀ ਆ। ਉਹ ਪਹਿਲਾਂ ਤਾਂ ਬੜੀ ਸਿਆਣਪ ਨਾਲ ਸੁਣੀ ਗਈ ਸ਼ਹਿਦ ਵਾਲੀ ਮੱਖੀ, ਉਹ ਕਹਿੰਦੀ ਆਪਣੇ 'ਚ ਬਹੁਤ ਵੱਡਾ ਫਰਕ ਵੀ ਹੈ, ਤੂੰ ਹਮੇਸ਼ਾ ਗੰਦਗੀ ਢੂੰਡਦੀ ਆ, ਮੈਂ ਹਮੇਸ਼ਾ ਪਵਿੱਤਰ ਫੁੱਲਾਂ ਦੇ ਉੱਤੇ ਬਹਿੰਦੀ ਹਾਂ। ਤੇਰੀ ਆਵਾਜ਼ ਵੀ ਭਾਵੇਂ ਭੂੰ ਭੂੰਦੀ ਆ, ਮੇਰੀ ਆਵਾਜ਼ ਵੀ ਇੱਕੋ ਹੀ ਆ, ਪਰ ਇਹ 'ਚ ਫਰਕ ਬੜਾ ਹੈ। ਜਿਹੜਾ 84 ਲੱਖ ਜੂਨਾਂ ਦਾ ਸਰਦਾਰ ਮਨੁੱਖ ਆ ਨਾ, ਉਹ ਤੈਨੂੰ ਮਾਰਨ ਵਾਸਤੇ 20 ਉਪਰਾਲੇ ਕਰਦਾ ਵੀ ਇਹ ਗੰਦਗੀ ਦੀ ਮੱਖੀ ਆ, ਬੈਕਟੀਰੀਆ ਫੈਲਾਏਗੀ, ਪਰ ਮੇਰੇ ਖੱਗੇ ਨੂੰ ਲੱਭਦਾ ਲੱਭਦਾ ਉਹ ਜੰਗਲਾਂ ਬੀਆਂ ਬਾਨਾਂ ਵਿੱਚ ਵੀ ਤੁਰਾ ਫਿਰਦਾ ਵੀ ਕਿਤੇ ਸ਼ਹਿਦ ਵਾਲੀ ਮੱਖੀ ਦਾ ਖੱਗਾ ਮਿਲ ਜਾਏ। ਤਾਂ ਤੂੰ ਕੇਵਲ ਬਿਮਾਰੀਆਂ ਫੈਲਾਉਂਦੀ ਆ, ਤਾਂ ਮੈਂ ਜਿਹੜਾ ਸ਼ਹਿਦ ਇਕੱਠਾ ਕਰਦੀ ਕਈ ਬਿਮਾਰੀਆਂ ਦੇ ਇਲਾਜ ਕਰ ਦਿੰਦਾ। ਐਵੇਂ ਨਾ ਕਹੀ ਜਾ ਵੀ ਤੂੰ ਵੀ ਮੱਖੀ ਤੇ ਮੈਂ ਵੀ ਮੱਖੀ, ਮੱਖੀ ਮੱਖੀ 'ਚ ਵੀ ਫਰਕ ਹੁੰਦਾ, ਇਹ ਸਿੱਖਾਂ ਸਿੱਖਾਂ 'ਚ ਵੀ ਫਰਕ ਹੁੰਦਾ। ਕਈ ਵਾਰੀ ਬੰਦਾ ਉੱਤੋਂ ਦੀ ਵੱਡੀ ਸ੍ਰੀ ਸਾਹਿਬ ਵੀ ਪਾ ਲੈਂਦਾ, ਫਿਰ ਦਸਮ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਖਿਲਾਫ਼ ਵੀ ਝੰਡਾ ਚੱਕ ਲੈਂਦਾ ਵੀ ਜਾਪ ਸਾਹਿਬ ਨਹੀਂ ਸਤਿਗੁਰਾਂ ਦਾ, ਪੰਥ ਨਹੀਂ ਐ ਸਾਜਿਆ ਜੀ, ਪੰਜ ਬਾਣੀਆਂ ਨਹੀਂ ਪੜ੍ਹੀ ਦੀਆਂ ਜੀ, ਨਿਤਨੇਮ ਨਹੀਂ ਹੁੰਦਾ ਜੀ, ਅੰਮ੍ਰਿਤ ਵੇਲਾ ਨਹੀਂ ਹੁੰਦਾ ਜੀ, ਵੇਖਣ ਨੂੰ ਵੀ ਚੰਗਾ ਭਲਾ ਲੱਗਦਾ, ਪਰ ਫਿਰ ਪਤਾ ਲੱਗਦਾ ਵੀ ਇਹ ਦੇਸੀ ਮੱਖੀ ਵਾਂਗੂ ਬੈਕਟੀਰੀਆ ਫੈਲਾਉਂਦਾ ਫਿਰਦਾ, ਇਹ ਤਾਂ ਗੰਦਗੀ ਦਾ ਸ਼ਿਕਾਰ ਹੈ, ਕੋਈ ਨਾ ਕੋਈ ਅੰਤਰਾ ਤੇ ਹੈ। ਇਹ ਐਵੇਂ ਨਹੀਂ ਫਲਸਫਾ ਬਣਿਆ ਦੁਨੀਆਂ ਦਾ, ਐਵੇਂ ਨਹੀਂ ਦੁਨੀਆਂ ਦੇ ਵਿੱਚ ਕੋਈ ਸ਼ਰਧਾ ਭਾਵਨਾ, ਕੋਈ ਗਿਆਨ ਵਿਗਿਆਨ, ਕੋਈ ਅਨੁਭਵ ਪੈਦਾ ਹੋਇਆ। ਇੱਕੋ ਨਸਲ ਵਿੱਚ ਵੀ ਬਹੁਤ ਸਾਰੀਆਂ ਨਸਲਾਂ ਹੁੰਦੀਆਂ ਨੇ, ਮੱਛਰਾਂ ਦੀਆਂ 120 ਨਸਲਾਂ ਨੇ। ਮੇਰਾ ਇੱਕ ਮਿੱਤਰ ਹੈ, ਉਹਨੇ ਮੱਛਰਾਂ 'ਤੇ ਖੋਜ ਕੀਤੀ, ਉਹ 10-20 ਮੁਲਕਾਂ 'ਚ ਪੇਪਰ ਪੜ੍ਹਿਆ, ਅਤੇ ਮੈਂ ਕਿਹਾ ਵੀ ਮੱਛਰ ਭਾਵੇਂ ਲੋਕਾਂ ਨੂੰ ਤਾਂ ਤੰਗ ਹੀ ਕਰਦੇ ਨੇ, ਪਰ ਤੈਨੂੰ 20 ਮੁਲਕਾਂ ਦੀ ਸੈਰ ਕਰਾਤੀ। ਹੁਣ ਜੇ ਮੱਛਰਾਂ 'ਚੋਂ ਵੀ 120 ਕਿਸਮ ਦੇ ਮੱਛਰ ਨੇ, ਬੰਦਿਆਂ ਵਿੱਚ ਵੀ ਫਰਕ ਪੈ ਜਾਂਦਾ, ਸ਼ਰਧਾ ਭਾਵਨਾ 'ਚ ਵੀ ਪੈ ਜਾਂਦਾ, ਤੁਹਾਡੀ ਸਿੱਖਿਆ ਵਿੱਚ ਵੀ ਪੈ ਜਾਂਦਾ, ਤੁਹਾਡੇ ਗਿਆਨ ਵਿਗਿਆਨ ਵਿੱਚ ਵੀ ਪੈ ਜਾਂਦਾ। ਇਹ ਆਸਤਿਕਤਾ ਨਾਸਤਿਕਤਾ ਵਿਚਾਰਾਂ ਦਾ ਹੀ ਇੱਕ ਟਕਰਾਓ ਹੈ, ਇਹ ਸ਼ਰਧਾ ਸ਼ਰਧਾ, ਇਹ ਪਾਪ ਪੁੰਨ, ਇਹ ਧਰਮ ਧਰਮ, ਇਹ ਸਾਰਾ ਕੁਝ ਸਾਡੇ ਮਨ ਨਾਲ ਸੰਬੰਧ ਰੱਖਦਾ, ਬਾਹਰੋਂ ਤਾਂ ਵਜੂਦ ਇੱਕੋ ਜਿਹਾ ਹੀ ਹੁੰਦਾ। ਇਸ ਸੰਬੰਧੀ ਚਾਣਕੀਆ ਪੰਡਿਤ ਨੇ ਚਾਣਕੀਆ ਨੀਤੀ 'ਚ ਬੜਾ ਪਿਆਰਾ ਦੋਹਰਾ ਲਿਖਿਆ, ਕਹਿੰਦਾ ਸਿੰਘਨ ਕੋ ਸੁੱਤ ਏਕ ਹੈ, ਸੁੱਖ ਸੋਬਤ ਹੈ ਨੀਠ। ਸਿੰਘਨ, ਸਿੰਘ ਕਹਿੰਦੇ ਸ਼ੇਰ ਨੂੰ, ਤੇ ਸਿੰਘਨ ਸੰਸਕ੍ਰਿਤ ਕਹਿੰਦੇ ਸ਼ੇਰਨੀ ਨੂੰ। ਕਹਿੰਦੇ ਸਿੰਘਨ ਕੋ ਸੁੱਤ ਏਕ ਹੈ, ਕਹਿੰਦੇ ਸ਼ੇਰਨੀ ਦਾ ਇੱਕ ਪੁੱਤ ਹੈ, ਸੁੱਖ ਸੋਬਤ ਹੈ ਨੀਠ। ਉਹ ਸੁੱਖ ਨਾਲ ਜੰਗਲ ਵਿੱਚ ਸੌਂਦੀ ਹੈ ਕਿ ਮੇਰਾ ਪੁੱਤ ਜੰਗਲ ਦਾ ਬਾਦਸ਼ਾਹ। ਕਹਿੰਦਾ ਗਦਹੀ ਕੇ ਸੁੱਤ ਬਹੁਤ ਹੈ ਭਾਰ ਉਠਾਵਤ ਪੀਠ। ਗਦੀ ਵਿਚਾਰੀ ਨੇ ਜਨਮ ਤੇ ਬੜਿਆਂ ਪੁੱਤਾਂ ਧੀਆਂ ਨੂੰ ਦਿੱਤਾ, ਸਾਰੇ ਭਾਰ ਢੋਂਦੇ ਫਿਰਦੇ, ਬਾਦਸ਼ਾਹ ਕੋਈ ਵੀ ਨਹੀਂ। ਕੋਈ ਤਾਂ ਕਿਤੇ ਨਿਆਰੇਪਣ ਦਾ ਜਿਹੜਾ ਰੂਪ ਹੈ, ਜਿਹੜਾ ਸਤਿਗੁਰਾਂ ਨੇ 10 ਜਾਮਿਆਂ ਦੇ ਵਿੱਚ ਜਿਹੜਾ ਇੱਕ ਸਾਨੂੰ ਇਹ ਨਿਆਰਾਪਣ ਦਿੱਤਾ, ਔਰ ਜਿਹੜੀ ਸਚੇਤਤਾ ਦਾ ਮੰਤਰ ਦਿੱਤਾ ਕਿ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ ਨਾ, ਮੇਰਾ ਤੇਜ ਪ੍ਰਤਾਪ, ਮੇਰੀਆਂ ਬਖਸ਼ਿਸ਼ਾਂ ਸਭ ਕੁਝ ਤੇਰੇ ਨਾਲ ਹੈ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਜਦੋਂ ਇਹ ਪਕੜ ਲਏਗਾ ਨਾ ਵਿਪਰਨਵਾਦੀ ਰੀਤਾਂ, ਜਿਨ੍ਹਾਂ 'ਚੋਂ ਮੈਂ ਇਹਨਾਂ ਨੂੰ ਕੱਢਿਆ, ਜਿਨ੍ਹਾਂ ਤੋਂ ਮੈਂ ਇਹਨਾਂ ਨੂੰ ਸਚੇਤ ਕੀਤਾ, ਫਿਰ ਇਹ ਆਪਣੀ ਪ੍ਰਤੀਤ ਗਵਾ ਲਏਗਾ। ਹੁਣ ਸਾਡੇ ਨਿਆਰੇਪਣ ਦਾ ਆਧਾਰ ਕੀ ਹੈ? ਨਿਆਰੇਪਣ ਦਾ ਆਧਾਰ
ਮੇਰਾ ਵੈਸੇ ਨਾਲ ਨਾਲ ਸਿੱਖ ਰਹਿਤ ਮਰਿਆਦਾ ਦਾ ਵੇ ਸੀ ਤੇ ਮੈਂ ਸਿਰਫ ਸਿੱਖ ਦੀ ਤਰੀਫ ਤੇ ਗੱਲ ਕਰਾਂ ਵੀ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ ਪਹਿਲੀ ਗੱਲ ਸਭ ਤੋਂ ਨਿਆਰਾ ਪਾਣੀ ਇਹ ਹੈਗਾ ਆਹ ਹਿੰਦੁਸਤਾਨ ਦੀ 130 ਕਰੋੜ ਆਬਾਦੀ ਹੈ ਪੰਜਾਬ ਦੀ 2 ਕਰੋੜ 78 ਲੱਖ ਆਬਾਦੀ ਹੈ ਤੇ ਇੱਥੇ ਕਿੰਨੇ ਤਰ੍ਹਾਂ ਦੇ ਦੇਵੀ ਦੇਵਤੇ ਤੇ ਅਨੇਕ ਤਰ੍ਹਾਂ ਕਬਰਾਂ ਮੜੀਆਂ ਤੋਂ ਲੈ ਕੇ ਤੇ ਪਤਾ ਨਹੀਂ ਕੀ ਕੁਝ ਦੀ ਪੂਜਾ ਹੁੰਦੀ ਹੈ ਸਾਡਾ ਨਿਆਰਾਪਨ ਤਾਂ ਪਹਿਲੇ ਵਰਕੇ ਤੋਂ ਹੀ ਉਹ ਗੁਰੂ ਕਾਲ ਤੋਂ ਹੀ ਸ਼ੁਰੂ ਹੋ ਗਿਆ ਕਿ ਅਸੀਂ ਇੱਕ ਦੇ ਪੁਜਾਰੀ ਹਾਂ ਫਿਰ ਦਸਾਂ ਗੁਰੂਆਂ ਦੇ ਉੱਤੇ ਭਰੋਸਾ ਫਿਰ ਦਸਾਂ ਗੁਰੂਆਂ ਦੀ ਬਾਣੀ ਦੇ ਉੱਤੇ ਵਿਸ਼ਵਾਸ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਉੱਤੇ ਨਿਸ਼ਚਾ ਫਿਰ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਤੇ ਨਿਆਰੇਪਨ ਦੀਆਂ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਹੁਣ ਹਰ ਨਿਆਰੇਪਨ ਦਾ ਇੱਕ ਥੰਮੀਆਂ ਵੀ ਨੇ ਕਿਉਂਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵਿਦਵਾਨਾਂ ਨੇ ਗੱਲ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਸਾਡੀ ਸਾਰੀ ਹੀ ਮਰਿਆਦਾ ਦਾ ਆਧਾਰ ਹੈ ਚਾਹੇ ਸਾਡੀ ਨਿਤਨੇਮ ਦੀ ਬਾਣੀ ਹੈ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਸਵਈਏ ਪੜ੍ਹਦੇ ਹਾਂ ਚੌਪੀ ਦਾ ਪਾਠ ਕਰਦੇ ਹਾਂ ਰਹਿ ਰਸ ਵਿੱਚ ਫਿਰ ਸਵਈਆ ਹੈ ਫਿਰ ਦੋਹਰਾ ਹੈ ਸਗਲ ਦੁਆਰ ਕੋ ਛਾੜਕ ਹੈ ਸਾਡੀ ਪੰਥਕ ਅਰਦਾਸ ਉਹਦੀ ਪਹਿਲੀ ਪੌੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਅਮਰ ਸੰਚਾਰ ਦੀਆਂ ਬਾਣੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਵੀਰਸੀ ਬਾਣੀ ਅਧਿਆਤਮਕ ਬਾਣੀ ਜਦੋਂ ਸਾਡੀ ਰਹਿਤ ਮਰਿਆਦਾ ਵਿੱਚ ਹੀ ਸਪਸ਼ਟ ਦੇ ਦਿੱਤਾ ਵੀ 10 ਗੁਰੂ ਸਾਹਿਬਾਨ ਦੀ ਬਾਣੀ ਦੇ ਉੱਤੇ ਨਿਸ਼ਚਾ ਕਰਨ ਵਾਲਾ ਸਿੱਖ ਹੈ ਫਿਰ ਦਸਮ ਪਾਤਸ਼ਾਹ ਅਲੱਗ ਨਹੀਂ ਹੈ ਦਸਮ ਪਾਤਸ਼ਾਹ ਮਹਾਰਾਜ ਤਾਂ ਆਪ ਅੰਕਿਤ ਕਰ ਗਏ ਨੇ ਹਾਂ ਇਹ ਇੰਨੀ ਕੁ ਰਚਨਾ ਦਾ ਨਾਂ ਵਿਚਿੱਤਰ ਨਾਟਕ ਹੈ ਸਮੁੱਚੇ ਗ੍ਰੰਥ ਦਾ ਨਾਂ ਦਸਮ ਗ੍ਰੰਥ ਹੈ ਤੇ ਵਿਚਿੱਤਰ ਦਾ ਮਤਲਬ ਹੁੰਦਾ ਵਿਚਿੱਤਰ ਅਸ਼ਚਰਜਨਕ ਹੁਣ ਹਰ ਬੰਦੇ ਕੋਲੇ ਨਜ਼ਰ ਹੁੰਦੀ ਆ ਨਜ਼ਰੀਆ ਨਹੀਂ ਹੁੰਦਾ ਨਜ਼ਰ ਹਰ ਮਨੁੱਖ ਕੋਲੇ ਹੁੰਦੀ ਆ ਨਜ਼ਰੀਆ ਤੱਕਣ ਦਾ ਲਹਿਦਾ ਹੁੰਦਾ ਉਹਦੀ ਸਕੂਲਿੰਗ ਕਿਹੋ ਜਿਹੀ ਆ ਉਹਦਾ ਅਨੁਭਵ ਕਿਹੋ ਜਿਹਾ ਸ਼ਰਧਾ ਕਿਹੋ ਜਿਹੀ ਆ ਇਤਿਹਾਸ ਨੂੰ ਕਿਵੇਂ ਪੜ੍ਹਦਾ ਫਿਲਾਸਫੀ ਨੂੰ ਕਿਵੇਂ ਜਾਣਦਾ ਬਾਕੀ ਧਰਮਾਂ ਨੂੰ ਕੰਪੈਰੇਟਿਵਲੀ ਕੀ ਸਮਝ ਕਰਦਾ ਇਹ ਨਜ਼ਰੀਆ ਬੋਲਦਾ ਨਜ਼ਰ ਕਿਸੇ ਦੀ ਭਿੰਨ ਭਿੰਨ ਹੋ ਸਕਦੀ ਮੈਂ ਇਹਦੇ ਲਈ ਇੱਕ ਉਦਾਹਰਨ ਦਿੰਦਾ ਹੁੰਦਾ ਚੌਪੀ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਇਹਦੇ 4 ਅਰਥ ਕੀਤੇ ਨੇ ਵਿਦਵਾਨਾਂ ਨੇ ਜਿਹੜੇ ਪਹਿਲਿਆਂ ਨੇ ਸਤਹੀ ਪੱਧਰ ਤੇ ਕਰਤੇ ਨਾ ਉਹਨਾਂ ਨੇ ਕਰਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਹੇ ਅਕਾਲ ਪੁਰਖ ਜੀ ਹੁਣ ਤੁਸੀਂ ਮੇਰੀ ਰੱਛਿਆ ਕਰੋ ਜਿੰਨੇ ਸਿੱਖ ਨੇ ਇਹਨਾਂ ਨੂੰ ਉਭਾਰ ਦਿਓ ਤੇ ਜਿਹੜੇ ਅਸਿੱਖ ਦਾ ਮਤਲਬ ਤੇ ਫਿਰ ਗੈਰ ਸਿੱਖ ਹੋ ਗਿਆ ਜਿਹੜੇ ਸਿੱਖ ਨਹੀਂ ਆ ਉਹਨਾਂ ਦਾ ਸੰਘਾਰ ਕਰ ਦਿਓ ਦੂਸਰੇ ਵਿਦਵਾਨ ਨੇ ਅਰਥ ਕਰਤਾ ਵੀ ਸਿੱਖ ਦਾ ਮਤਲਬ ਧਰਮੀ ਆ ਤੇ ਦੂਜੇ ਦਾ ਮਤਲਬ ਅਧਰਮੀ ਆ ਕਿਸੇ ਨੇ ਕਰਤਾ ਆਸਤਿਕ ਤੇ ਨਾਸਤਿਕ ਵੀ ਜਿਹੜਾ ਸਿੱਖ ਹੈ ਉਹ ਆਸਥਾ ਵਾਲਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਬਚਨ ਕਰ ਰਹੇ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਵੋ ਸਤਿਗੁਰੂ ਤਾਂ ਸਤਿਗੁਰੂ ਦੇ ਦਰਬਾਰ ਵਿੱਚ ਤਾਂ ਭਾਈ ਨੰਦ ਲਾਲ ਜੀ ਵੀ ਬੈਠੇ ਨੇ ਤੇ ਪੀਰ ਬੁੱਧੂ ਸ਼ਾਹ ਜੀ ਬੈਠੇ ਨੇ ਤੇ ਨਬੀ ਖਾਂ ਗਨੀ ਖਾਂ ਵੀ ਬੈਠੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਨਾ ਆਸਤਿਕ ਦੇ ਖਿਲਾਫ਼ ਨੇ ਤੇ ਨਾ ਕਿਸੇ ਗੈਰ ਧਰਮੀ ਦੇ ਖਿਲਾਫ਼ ਨੇ ਮੈਨੂੰ ਸਭ ਤੋਂ ਪਿਆਰੇ ਅਰਥ ਤੇ ਸਹੀ ਜਾਪੇ ਡਾਕਟਰ ਤਾਰਨ ਸਿੰਘ ਹੋਰਾਂ ਦੇ ਕਹਿੰਦੇ ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਹੈ ਕਿ ਹੇ ਅਕਾਲ ਪੁਰਖ ਜੀਓ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਹਰ ਇੱਕ ਬੰਦੇ ਦੇ ਅੰਦਰ ਸਿੱਖ ਵੀ ਬੈਠਾ ਅਸਿੱਖ ਵੀ ਬੈਠਾ ਹਰ ਇੱਕ ਮਨੁੱਖ ਕੋਲੇ ਗਿਆਨ ਵੀ ਹੈ ਅਗਿਆਨ ਵੀ ਹੈ ਇਹ ਮੇਰੇ ਅੰਦਰਲੇ ਸਿੱਖ ਨੂੰ ਉਭਾਰੋ ਜੇ ਇਹਦੇ ਵਿੱਚ ਕਦੀ ਅਸਿੱਖ ਪੁਣਾ ਆਵੇ ਇਹਦੇ ਵਿੱਚ ਕਦੀ ਸ਼ੰਕਾ ਆਵੇ ਤੇਰਿਆਂ ਸਿਧਾਂਤਾਂ ਤੇ ਤੇਰੀ ਬਾਣੀ ਤੇ ਤੇਰੇ ਬਾਣੇ ਤੇ ਤੇਰੇ ਫਲਸਫੇ ਤੇ ਉਹ ਜਿਹੜਾ ਮੇਰੇ ਅੰਦਰੋਂ ਅਸਿੱਖ ਪੈਦਾ ਹੋ ਰਿਹਾ ਨਾ ਉਹਦਾ ਸੰਘਾਰ ਕਰੇ ਕੁਝ ਸਿੱਖਾਂ ਦੇ ਅੰਦਰੋਂ ਅਸਿੱਖ ਪੁਣਾ ਪੈਦਾ ਹੋ ਗਿਆ ਧਰਮ ਹੈ ਸ਼ਰਧਾ ਵਿਸ਼ਵਾਸ ਤੇ ਜਿਹੜਾ ਮਨੁੱਖ ਗੁਰੂ ਤੇ ਹੀ ਤਰਕ ਕਰੇ ਮੈਂ ਇੱਕ ਬੇਨਤੀ ਕਰਦਾ ਹੁੰਦਾ ਸਿੱਖ ਅਰਦਾਸ ਵਿੱਚ ਵਿਵੇਕਦਾਨ ਮੰਗਦੇ ਆ ਤਰਕਦਾਨ ਕਿਤੇ ਨਹੀਂ ਮੰਗਦੇ ਤਰਕ ਦਾ ਅਰਥ ਹੁੰਦਾ ਸ਼ੰਕਾ ਕਰਨਾ ਵਿਵੇਕੀ ਵੀ ਸ਼ੰਕਾ ਕਰਦਾ ਪਰ ਉਹਦਾ ਉੱਤਰ ਦਿੰਦਾ ਵਿਵੇਕੀ ਕੋਲੇ ਦੋਨੋਂ ਪੱਖ ਨੇ ਉਹ ਸੱਤ ਤੇ ਅਸੱਤ ਦਾ ਨਖੇੜਾ ਕਰਨ ਜਾਣਦਾ ਤੇ ਸ਼ੰਕਾਵਾਦੀ ਦਾ ਕੀ ਹੈ ਸ਼ੰਕੇ ਦੇ ਜਿੰਨੇ ਮਰਜ਼ੀ ਕਰ ਲਓ ਦੁਨੀਆਂ ਵਿੱਚ ਇਸੇ ਲਈ ਅਰਦਾਸ ਦਾ ਸਾਡਾ ਹਿੱਸਾ ਹੈ ਵਿਵੇਕਦਾਨ ਤੇ ਹੁਣ ਅਸੀਂ ਮੰਗਦੇ ਵਿਵੇਕਦਾਨ ਸਾਡੇ ਅਸੀਂ ਤਾਂ ਸਾਰੇ ਭਾਵਨਾ ਵਾਲੇ ਲੋਕ ਆਪ ਸਭ ਇਕੱਠੇ ਹੋਏ ਹੋ ਜਿਹੜਾ ਥੋੜ੍ਹਾ ਜਿਹਾ ਨੁਕਸ ਹੈ ਵੈਸੇ ਤੇ ਜੱਟ ਫਸਲ ਬੀਜਦਾ ਨਦੀਨ ਆਪੇ ਉੱਗਿਆਉਂਦਾ ਹੁੰਦਾ ਉਹ ਨਦੀਨ ਨੂੰ ਪੱਟਦਾ ਪੁੱਟਦਾ ਵੀ ਰਹਿੰਦਾ ਕੁਦਰਤ ਦਾ ਨਿਯਮ ਹੈ ਤੇ ਆਪਾਂ ਕੁਦਰਤ ਦੇ ਨਿਯਮਾਂ ਅਨੁਸਾਰ ਜਿਉਣ ਵਾਲੀ ਕੌਮ ਹੈ ਆਪਾਂ ਕੁਦਰਤ ਦੇ ਰੰਗਾਂ 'ਚ ਜਿਉਣ ਵਾਲੀ ਕੌਮ ਹੈ
ਤੇ ਆਪਾਂ ਨੂੰ ਮੰਨ ਕੇ ਚੱਲਣਾ ਪਊਗਾ ਵੀ ਕੋਈ ਗੱਲ ਨਹੀਂ, ਨਦੀਨ ਕਦੀ ਰਾਮ ਰਾਈਆਂ ਦਾ, ਕਦੀ ਧੀਰ ਮੱਲੀਆਂ ਦਾ, ਕਦੀ ਪਿਰਥੀਆਂ ਦਾ, ਕਦੀ ਗੁਰੂ ਡੰਮੀਆਂ ਦਾ, ਇਹ ਨਦੀਨ ਜਿਉਂਦੀਆਂ ਕੌਮਾਂ, ਜਿਉਂਦੇ ਧਰਮ, ਜਿਉਂਦੀਆਂ ਜਥੇਬੰਦੀਆਂ. ਚੱਲਦੀ ਗੱਡੀ ਦੇ ਅੱਗੇ ਸਪੀਡ ਬ੍ਰੇਕਰ ਆਉਣੇ ਆ, ਜਿਹੜੀ ਵਰਕਸ਼ਾਪ 'ਚ ਲਾ ਕੇ ਗੁੱਠ 'ਚ ਖੜਾ ਦੀ ਉਹਦੇ ਅੱਗੇ ਥੋੜ੍ਹਾ ਸਪੀਡ ਬ੍ਰੇਕਰ ਆਉਣੇ. ਇਹ ਕਦੀ ਨਾ ਮਨੁੱਖ ਸੋਚੇ. ਸਮੱਸਿਆਵਾਂ ਹਰ ਯੁੱਗ ਵਿੱਚ ਨਿੱਕੀਆਂ ਮੋਟੀਆਂ ਰਹਿਣਗੀਆਂ. ਤੇ ਮੈਂ ਪੰਜਾਬ ਵਿੱਚ ਕਹਿੰਦਾ ਹੁੰਦਾ ਵੀ ਕਿਸੇ ਸਮੇਂ ਗੰਦੇ ਪਾਣੀ ਤੇ ਮੱਛਰ ਪੈਦਾ ਹੁੰਦਾ ਸੀ, ਤੇ ਹੁਣ ਸਾਫ਼ ਸੁਥਰੇ ਪਾਣੀ ਤੇ ਡੇਂਗੂ ਪੈਦਾ ਹੋਣ ਲੱਗ ਪਿਆ, ਕੀ ਕਰ ਲਓਗੇ? ਗੰਦੇ ਪਾਣੀ ਦਾ ਤਾਂ ਮੁਸ਼ਕ ਵੀ ਆ ਜਾਂਦਾ ਵੀ ਫਲਾਣੇ ਥਾਂ ਖੜਾ, ਸਾਫ਼ ਪਾਣੀ ਦਾ ਤਾਂ ਮੁਸ਼ਕ ਵੀ ਨਹੀਂ ਆਉਂਦਾ ਵੀ ਕਿੱਥੇ ਖੜਾ. ਇਹ ਜਿਹੜੀ ਚੇਤਨਤਾ ਤੇ ਜਾਗਰਤੀ ਹੈ ਤੇ ਜਿਹੜੇ ਕੁਦਰਤ ਦਾ ਇੱਕ ਨਿਯਮ ਹੈ, ਫੁੱਲਾਂ ਨਾਲ ਕੰਡੇ, ਫਸਲਾਂ ਨਾਲ ਨਦੀਨ, ਫੁੱਲਾਂ ਵਿੱਚ ਫਲਾਂ ਦੇ ਵਿੱਚ ਕੀੜਾ ਪੈਦਾ ਹੋਣਾ, ਇਹ ਕੁਦਰਤੀ ਨਿਯਮ ਹੈ. ਇਹਦੀ ਸਪਰੇ ਵੀ ਚੱਲਦੀ ਰਹਿੰਦੀ ਹੈ, ਗੋਡੀ ਵੀ ਚੱਲਦੀ ਰਹਿੰਦੀ ਹੈ. ਆਪਾਂ ਗੋਡੀ ਕਰਨ ਵਾਸਤੇ ਤਾਂ ਬੈਠੇ ਹਾਂ ਵੀ ਇਹ ਜਿਹੜੀ ਇੱਕ ਚੇਤਨਤਾ ਤੇ ਜਾਗਰਤੀ ਦਾ ਮੰਤਰ ਹੈ. ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾਂ ਸਤਿਗੁਰਾਂ ਨੇ ਦਸਾਂ ਜਾਮਿਆਂ ਵਿੱਚ ਇਹ ਜਿਹੜਾ ਨਿਆਰਾਪਣ ਦਿੱਤਾ, ਇਹ ਨਿਆਰੇਪਣ ਦੇ ਉੱਤੇ ਮਾੜੇ ਮੋਟੇ ਲੋਕਾਂ ਦੇ, ਕਈ ਸਿੱਖਾਂ ਵਿੱਚੋਂ ਹੀ ਜਿਹੜੇ ਥੋੜ੍ਹੇ ਜਿਹੇ ਕੋਈ ਨਾਸਤਕ ਮਤੀਏ ਹੋ ਜਾਂਦੇ ਨੇ, ਸ਼ੰਕਾਵਾਦੀ ਹੋ ਜਾਂਦੇ ਨੇ, ਇਹਨਾਂ ਨੇ ਇਹ ਕੁਝ ਕਰਨਾ ਹੀ ਹੁੰਦਾ. ਪਰ ਕਦੀ ਵੀ ਸੰਸਾਰ ਦੇ ਵਿੱਚ ਜਿਹੜੇ ਜਾਗਦੇ ਲੋਕ ਨੇ, ਜਿਹਨਾਂ ਨੇ ਕੋਈ ਹੱਥ 'ਚ ਚੌਂਕੀਦਾਰ ਆ, ਵੈਸੇ ਤਾਂ ਅਸੀਂ ਸਾਰੇ ਹੀ ਭਾਵੇਂ ਕੋਈ ਮਾਈਕ 'ਤੇ ਵੱਧ ਬੋਲ ਲੈਂਦਾ, ਪਰ ਅਸੀਂ ਜਿੱਥੇ ਵੀ ਬੈਠੇ ਹਾਂ ਸਾਰੇ ਗੁਰੂ ਦੇ ਪ੍ਰਚਾਰਕ ਹਾਂ. ਭਾਵੇਂ ਅਸੀਂ ਹੱਟੀਆਂ 'ਤੇ ਬੈਠੇ ਹਾਂ, ਦੁਕਾਨਾਂ 'ਤੇ ਬੈਠੇ ਹਾਂ, ਖੇਤਾਂ 'ਚ ਬੈਠੇ ਹਾਂ, ਭਾਵੇਂ ਨੌਕਰੀ ਕਰਦੇ ਹਾਂ, ਭਾਵੇਂ ਬਿਜ਼ਨਸ ਕਰਦੇ ਹਾਂ, ਅਸੀਂ ਸਾਰੇ ਹੀ ਗੁਰੂ ਦੇ ਦੇਣਦਾਰ ਹਾਂ ਔਰ ਗੁਰੂ ਦੇ ਪ੍ਰਚਾਰਕ ਹਾਂ. ਇਸ ਲਈ ਅਸੀਂ ਜਿੱਥੇ ਵੀ ਬੈਠੇ ਹਾਂ ਉੱਥੇ ਹੀ ਅਸੀਂ ਹਰ ਥਾਂ 'ਤੇ ਸਤਿਗੁਰਾਂ ਦਾ ਝੰਡਾ ਚਲਾ ਕੇ ਰੱਖਣਾ. ਅਤੇ ਜਿਹੜਾ ਸ਼ਰਧਾ ਵਿਸ਼ਵਾਸ ਹੈ, 21ਵੀਂ ਸਦੀ ਜਿਹੜੀ ਆ ਨਾ, ਜਿਹੜਾ ਨਾ ਬੰਦੇ ਨੇ ਵੀ ਨਾ, ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ, ਉਹ ਸਿੱਖ ਕਿਤੇ ਵੀ ਗਿਆਨ ਵਿਗਿਆਨ ਦੇ ਖਿਲਾਫ ਨਹੀਂ ਹੈ, ਪਰ ਜਿਹੜਾ ਵਿਗਿਆਨਕ ਨਜ਼ਰੀਏ ਵਾਲਾ ਡਾਇਲਾਗ ਸਾਡੇ 'ਤੇ ਠੋਸ ਦਿੱਤਾ ਜਾਂਦਾ ਨਾ ਹਰ ਗੱਲ 'ਤੇ, ਵਿਗਿਆਨ ਜਿਹੜਾ ਹਰ ਚੀਜ਼ ਨੂੰ ਭੰਨ ਤੋੜ ਕੇ ਉਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ. ਧਰਮ ਵਿੱਚ ਜਿਹੜਾ ਸ਼ਰਧਾ ਅਤੇ ਵਿਸ਼ਵਾਸ ਹੈ, ਜਿਹੜਾ ਗੁਰੂ ਦਾ ਭਰੋਸਾ, ਇਹ ਭਰੋਸਾ ਕਦੀ ਭੰਨ ਤੋੜ ਵਿੱਚੋਂ ਨਹੀਂ ਪੈਦਾ ਹੁੰਦਾ ਹੁੰਦਾ. ਇਹ ਡਾਇਲਾਗ ਕਈ ਵਾਰੀ ਸਾਡੇ ਲਈ ਖਤਰਨਾਕ ਵੀ ਬਣ ਜਾਂਦਾ. ਅਸੀਂ ਕਿਸੇ ਵਿਗਿਆਨ ਤੋਂ ਮੁਨਕਰ ਨਹੀਂ ਆ. ਸੋਹਣ ਸਿੰਘ ਸੀਤਲ ਜੀ ਹੋਣਾ ਨੇ ਆਪਣੀ ਨਾ ਸਵੈ ਜੀਵਨੀ ਲਿਖੀ ਆ, ਵੇਖੀ ਮਾਣੀ ਦੁਨੀਆ. ਉਹਨਾਂ ਦਾ 1929 ਦਾ ਜਨਮ ਸੀ, ਪਾਕਿਸਤਾਨ ਵੱਲ ਦਾ. ਉੱਧਰ ਇਲਾਕੇ 'ਚ ਨਾ ਸਿੱਖਾਂ 'ਚ ਰਿਵਾਜ਼ ਸੀਗਾ ਵੀ ਉਹ ਛੋਟੇ ਬੱਚੇ ਦੇ ਜੂੜੇ 'ਚੋਂ ਕੇਸ ਕੱਟ ਕੇ ਨਾ ਤਵੀਤ 'ਚ ਮੜਾ ਕੇ ਅਤੇ ਬੱਚੇ ਦੇ ਗਲ 'ਚ ਪਾ ਦਿੰਦੀਆਂ ਸਨ ਮਾਵਾਂ. ਸੋਹਣ ਸਿੰਘ ਸੀਤਲ ਨੇ ਲਿਖਿਆ, ਮੇਰੀ ਮਾਂ ਦੀ ਬੜੀ ਸ਼ਰਧਾ ਸੀ ਗੁਰੂ ਘਰ ਦੇ ਵਿੱਚ, ਅਤੇ ਪਰ ਉਹਨੇ ਮੇਰੇ ਕੇਸ ਕੱਟ ਕੇ ਤਵੀਤ 'ਚ ਮੜਾਏ ਨਾ, ਅਤੇ ਮੇਰੀਆਂ ਆਂਢਣਾਂ ਗੁਆਂਢਣਾਂ, ਮੇਰੀਆਂ ਤਾਈਆਂ ਚਾਚੀਆਂ ਕਹਿੰਦੀਆਂ ਮੇਰੀ ਮਾਂ ਨੂੰ ਵੀ ਤੇਰਾ ਇਕੱਲਾ ਇਕੱਲਾ ਪੁੱਤਰ ਆ ਸੋਹਣ ਸਿੰਘ, ਅਤੇ ਤੂੰ ਇਹਦੇ ਕੇਸਾਂ ਦੀ ਲੱਟ ਕੱਟ ਕੇ ਤਵੀਤ 'ਚ ਮੜਾ ਕੇ ਤੂੰ ਵੀ ਪਾ ਦੇ, ਬੁਰੀਆਂ ਰੂਹਾਂ ਤੋਂ ਬਚਿਆ ਰਹੇਗਾ, ਨਜ਼ਰ ਲੱਗ ਜਾਂਦੀ ਹੁੰਦੀ, ਰੋਗ ਲੱਗ ਜਾਂਦੇ ਹੁੰਦੇ ਆ. ਮੇਰੀ ਮਾਂ ਨੇ ਉੱਤਰ ਦਿੱਤਾ ਵੀ ਇਹ ਜਿਹੜੇ ਕੇਸ ਆ ਨਾ, ਇਹ ਕਲਗੀਧਰ ਪਾਤਸ਼ਾਹ ਦੀ ਮੋਹਰ ਹੈ, ਤਾਂ ਮੈਂ ਕੈਂਚੀ ਲਾ ਕੇ ਇਹ ਮੋਹਰ ਜੂਠੀ ਨਹੀਂ ਕਰਨੀ. ਅਤੇ ਦੂਜੀ ਗੱਲ ਸੁਣ ਲਓ, ਜੇ ਕਲਗੀਧਰ ਪਾਤਸ਼ਾਹ ਦੀ ਮੋਹਰ ਮੇਰੇ ਪੁੱਤ ਕੋਲੇ ਹੈਗੀ ਆ ਨਾ, ਤੇ ਇਹਦੀ ਰੱਖਿਆ ਵੀ ਕਲਗੀਧਰ ਪਾਤਸ਼ਾਹ ਆਪ ਹੀ ਕਰਨਗੇ, ਤੇ ਮੈਨੂੰ ਕਿਸੇ ਜੰਤਰ ਮੰਤਰ ਤੋਂ ਡਰਨ ਦੀ ਲੋੜ ਵੀ ਨਹੀਂ. ਇਹ ਜਿਹੜਾ ਭਰੋਸਾ, ਜਿਹੜਾ ਵਿਸ਼ਵਾਸ ਹੈ, ਜਿਹੜੀ ਮਾਈ ਦੇ ਹਿਰਦੇ ਦੀ ਗੱਲ ਹੈ. ਸਮਾਜ ਕਈ ਵਾਰੀ ਨਾ ਵੇਖਾ ਵੇਖੀ ਭਰਮਾਂ 'ਚ ਵੀ ਪੈ ਜਾਂਦਾ ਅਤੇ ਉਹ ਅੰਧ ਵਿਸ਼ਵਾਸੀ ਵੀ ਬਣ ਜਾਂਦਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰ ਦਸਾਂ ਪਾਤਸ਼ਾਹ ਨੇ ਜਾਂ ਕੋ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ, ਜਿਨ੍ਹਾਂ ਨੇ ਜਿਹੜਾ ਨਿਆਰਾਪਣ ਇੱਕ ਇਹੋ ਜਿਹੀ ਮੋਹਰ ਲਾ ਦਿੱਤੀ. ਇੱਕ ਉਹ ਕਰਨੈਲ ਸਿੰਘ ਪਾਰਸ ਹੋਣੀ ਗਾਉਂਦੇ ਹੁੰਦੇ ਸਨ ਕਿ ਕੁੰਡਲੀਆ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ. ਇਹ ਔਰੰਗਜ਼ੇਬ ਨੂੰ ਜਦ ਜ਼ਫਰਨਾਮਾ ਲਿਖਿਆ ਨਾ, ਤੇ ਉਹਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬੰਧ ਹੈ, ਚਿਹਾ ਸ਼ੁੱਧ ਕੇਚੂ ਬਚਗਾ ਕੁਛ ਤੈ ਚਾਰ ਕੇ ਬਾਕੀ ਬਿਮਾਨ ਦਸਤ ਪੇਚੀ ਦੇ ਮਾਰ. ਪੇਚੀ ਦੇ ਮਾਰ ਦਾ ਅਰਥ ਗਿਆਨੀ ਨਾਰਾਇਣ ਸਿੰਘ ਮਜੰਗਾ ਵਾਲਿਆਂ ਨੇ ਕੁੰਡਲੀਆ ਸੱਪ ਲਿਖਿਆ. ਇਹ ਸਾਡੇ ਹਿੰਦੁਸਤਾਨ ਦੀ ਇੱਕ ਰਵਾਇਤ ਸੀ, ਜਿਹਦੇ ਕੁੰਡਲੀਆ ਸੱਪ ਲੜ ਜੇ ਉਹਦੀਆਂ 7 ਪੁਸ਼ਤਾਂ ਨਾਸ਼ ਹੁੰਦੀਆਂ ਨੇ. ਇਹ ਸਾਡੀ ਇੱਕ ਕੁਝ ਸਾਡੇ ਸਮਾਜਿਕ ਮੁਹਾਵਰੇ ਬਣੇ ਹੁੰਦੇ ਆ, ਕੁਝ ਉਹਨਾਂ ਦੀ ਫਿਲਾਸਫੀ ਵੀ ਪਿੱਛੇ ਹੁੰਦੀ ਹੈ. ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਫਾਰਸੀ ਵਿੱਚ ਲਿਖਦਿਆਂ ਕਿਹਾ ਕਿ ਚਿਹਾ ਸ਼ੁੱਧ ਕੀ ਹੋਇਆ ਕਿ ਝੂੰਕੇ ਤੂੰ ਬਚਕਾਂ ਕੁਛ ਤੇ ਚਾਰ, ਮੇਰੇ ਚਾਰ ਪੁੱਤ ਕੋਹ ਕੋਹ ਕੇ ਸ਼ਹੀਦ ਕਰ ਦਿੱਤੇ, ਕਿ ਬਾਕੀ ਵਿਮਾਨ ਦਸਤ ਪਿੱਛੇ ਜਿਉਂਦਾ ਹੈ ਪੇਚੀ ਦੇ ਮਾਰੇ, ਮੇਰਾ ਜਿਹੜਾ ਖਾਲਸਾ ਕੁੰਡਲੀਆ ਸੱਪ ਜਿਉਂਦਾ ਨਾ ਇਹ ਤੇਰੀਆਂ ਸੱਤ ਪੁਸ਼ਤਾਂ ਨਾਸ਼ ਕਰਕੇ ਛੱਡੇਗਾ। ਸੱਚਮੁੱਚ ਇਵੇਂ ਵਾਪਰੇ। ਇਹ ਜਿਹੜਾ ਫਲਸਫਾ ਅਸੀਂ ਜਦੋਂ ਸਾਡੇ ਕੁਝ ਬੰਦੇ ਜਿੰਨੇ ਵਿਚਾਰਿਆਂ ਨੂੰ ਅਜੇ ਕੁਝ ਦੋ ਤਿੰਨ ਸਾਡੇ ਵਿਦੇਸ਼ਾਂ ਚ ਪ੍ਰਚਾਰਕ ਉਹ ਨੇ ਜਿਹਨਾਂ ਨੂੰ ਸ਼ੁੱਧ ਪੰਜਾਬੀ ਵੀ ਨਹੀਂ ਆਉਂਦੀ ਤੇ ਉਹ ਫਾਰਸੀ ਦਾ ਜ਼ਫਰਨਾਮਾ ਰੱਦ ਕਰੀ ਬੈਠੇ ਨੇ। ਤੇ ਮੈਂ ਇੱਕ ਵਾਰੀ ਉੱਥੇ ਕਨੇਡਾ ਹੀ ਗਿਆ, ਮੈਂ ਕਿਹਾ ਵੀ ਸਾਡੇ ਇਲਾਕੇ 'ਚ ਨਾ ਇੱਕ ਰੇਡੀਓ ਮਕੈਨਿਕ ਆ ਗਿਆ, ਸਾਡੇ ਦਾਦੇ ਨੇ ਰੇਡੀਓ ਦੇਤਾ ਠੀਕ ਕਰਨ ਵਾਸਤੇ, ਉਹਨੇ ਖੋਲਤਾ ਲਿਆ ਮਕੈਨਿਕ ਨੇ ਉਹਨੂੰ ਕੱਸਣਾ ਨਾ ਆਇਆ, ਉਹ ਪੰਜ ਛੇ ਪੇਜ ਵਿੱਚੋਂ ਕੱਢੀ ਬੈਠਾ। ਉਹ ਠੀਕ ਤਾਂ ਉਹਨੇ ਕਾਹਦਾ ਕਰਨਾ ਸੀ, ਜਦੋਂ ਸਾਡਾ ਦਾਦਾ ਰੇਡੀਓ ਲੈਣ ਗਿਆ ਨਾ ਕਹਿੰਦਾ ਜੀ ਆਹ ਪੰਜ ਛੇ ਪੇਜ ਵਿੱਚ ਵਾਧੂ ਸੀਗੇ, ਬਾਕੀ ਇਹ ਠੀਕ ਨਹੀਂ ਹੋਣਾ। ਸਾਡਾ ਦਾਦਾ ਬੜਾ ਮਖੌਲੀਆ ਸੀ, ਉਹ ਕਹਿੰਦਾ ਬੜੀ ਤੇਰੀ ਬੜੀ ਮਿਹਰਬਾਨੀ, ਤੂੰ ਕੰਪਨੀ ਵਾਲਿਆਂ ਦੀ ਗਲਤੀ ਤਾਂ ਕੱਢਦੀ, ਸੂਟ ਠੀਕ ਕਰਨਾ ਤਾਂ ਭਾਵੇਂ ਤੂੰ ਨਹੀਂ ਆਉਂਦਾ। ਇਹ ਸਾਡੇ ਕੁਝ ਉਹੋ ਜਿਹੇ ਨੇ, ਉਹ ਕਹਿੰਦੇ ਜੀ ਇਹ ਪੇਚ ਵੱਧ ਲੱਗ ਗਏ, ਖੋਲਣਾ ਆਉਂਦਾ ਕੱਸਣਾ ਕਿਸੇ ਨੂੰ ਨਹੀਂ ਆਉਂਦਾ। ਜਦ ਨੀਮ ਹਕੀਮ ਹੋਣਗੇ, ਤੇ ਨੀਮ ਹਕੀਮ ਦਾ ਮਤਲਬ ਹੁੰਦਾ ਥੋੜ੍ਹਾ ਹਕੀਮ, ਤੇ ਥੋੜ੍ਹਾ ਹਕੀਮ ਹਮੇਸ਼ਾ ਜਾਨ ਦਾ ਖਤਰਾ ਹੁੰਦਾ। ਕਿਸੇ ਵੀ ਗ੍ਰੰਥ ਬਾਰੇ, ਪੰਥ ਬਾਰੇ, ਜਥੇਬੰਦਕ ਧਰਮ ਬਾਰੇ ਦੁਨੀਆਂ 'ਚ ਗੱਲ ਉਹ ਮਨੁੱਖ ਕਰੇ, ਪਹਿਲਾਂ ਉਹਦਾ ਸ਼ਰਧਾ ਵਿਸ਼ਵਾਸ ਪਰਪੱਕ ਹੋਵੇ, ਭਸ਼ਾਈ ਗਿਆਨ ਹੋਵੇ। ਪਰ ਜਦੋਂ ਕੋਈ ਸਥਾਪਤ ਮਰਿਆਦਾ ਹੋ ਜਾਂਦੀ ਹੈ, ਵੇਖੋ ਅਰਥ ਇੱਕ ਇੱਕ ਸ਼ਬਦ ਦੇ ਕਈ ਕਈ ਬਣ ਜਾਂਦੇ ਨੇ। ਸ਼ਿਵਾ ਦੇ ਅਰਥ ਭਾਈ ਕਾਮ ਸਿੰਘ ਨਾਭਾ ਨੇ 16 ਕੀਤੇ ਨੇ, ਜਿਹੜਾ ਆਪਾਂ ਸ਼ਬਦ ਪੜ੍ਹੇ ਨਾ, ਦੇਹੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਉੱਥੇ ਸ਼ਿਵਾ ਦਾ ਅਰਥ ਹੈ ਕਲਿਆਣਕਾਰੀ ਪ੍ਰਭੂ, ਪਰ ਸ਼ਿਵਾ ਦਾ ਅਰਥ ਸੰਸਕ੍ਰਿਤ ਵਿੱਚ ਸ਼ਿਵ ਤੋਂ ਸ਼ਿਵਾ ਪਾਰਵਤੀ ਵੀ ਕੀਤਾ। ਪਰ ਸਤਿਗੁਰੂ ਕਹਿੰਦੇ ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪਵ। ਜਿਹੜੇ ਭਲੇ ਮਾਨਸੇ ਕਹੀ ਜਾਂਦੇ ਆ ਨਾ, ਉਹ ਨਿਰੰਕਾਰ ਦਾ ਭੇਤ ਨਹੀਂ ਜਾਣਦੇ। ਫਿਰ ਸਤਿਗੁਰੂ ਕਹਿੰਦੇ ਇੱਕ ਸ਼ਿਵ ਪਏ ਫੇਰ ਗਏ ਫੇਰ ਪਏ, ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਦੁਨੀਆਂ ਦੇ ਪਤਾ ਨਹੀਂ ਕਿੰਨੇ ਸ਼ਿਵ ਆਏ, ਕਿੰਨੇ ਅਵਤਾਰ ਆਏ, ਅਕਾਲ ਕੇਵਲ ਅਕਾਲ ਹੈ। ਹੁਣ ਜਦੋਂ ਜਾਂ ਤਾਂ ਸਾਰਾ ਪ੍ਰਕਰਨ ਪੜਿਆ ਜਾਵੇ, ਸਾਰੇ ਸਤਿਗੁਰਾਂ ਦੇ ਫਲਸਫੇ ਨੂੰ ਪੜਿਆ ਜਾਵੇ, ਤਾਂ ਭਗਉਤੀ ਦੇ ਅਰਥ ਵੀ 6 ਨੇ, ਸਮਰਥ ਕੋਸ਼ ਵਿੱਚ ਵੀ ਔਰ ਸਾਡੇ ਟੀਕਾਕਾਰਾਂ ਨੇ ਵੀ। ਭਗਉਤੀ ਦਾ ਅਰਥ ਕਰਤਾਰ ਦਾ ਪਾਸ਼ਕ ਵੀ ਹੈ, ਭਗਤੀ ਕਰਨ ਵਾਲਾ ਵੀ ਹੈ, ਭਗਉਤੀ ਇੱਕ ਛੰਦ ਵੀ ਹੈ, ਭਗਉਤੀ ਸ੍ਰੀ ਸਾਹਿਬ ਵੀ ਹੈ, ਭਗਉਤੀ ਪਾਰ ਬ੍ਰਹਮ ਪਰਮੇਸ਼ਰ ਵੀ ਹੈ। ਲਈ ਭਗਉਤੀ ਦੁਰਗਸ਼ਾ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦਾ ਅਰਥ ਤਲਵਾਰ ਰੂਪ ਵਿੱਚ ਹੀ ਕੀਤਾ, ਪਰ ਜਦੋਂ ਸ੍ਰੀ ਭਗਉਤੀ ਜੀ ਸਹਾਏ ਉਦੋਂ ਅਕਾਲ ਪੁਰਖ ਹੈ। ਔਰ ਗੁਰਬਾਣੀ ਵਿੱਚ ਵੀ ਸ਼ਬਦ ਹੈ ਭਗਤ ਭਗੌਤ ਲਿਖੀ ਹੈ ਤੈ ਉੱਪਰੇ। ਸਾਡੇ ਜਿਹੜਾ ਗੁਰਬਾਣੀ ਵਿੱਚ ਤੇ ਸਮਰਥ ਕੋਸ਼ ਵਿੱਚ 172 ਸ਼ਬਦ ਨੇ ਪਰਮਾਤਮਾ ਦੇ ਲਈ, ਵਾਹਿਗੁਰੂ ਵੀ, ਅੱਲਾ ਵੀ, ਗੋਡ ਵੀ, ਬੀਠਲ ਵੀ, ਗੁਸਾਈ ਵੀ, ਜਗਜੀਵਨ ਵੀ, ਸ਼ਿਵ ਵੀ, ਸ਼ਿਵਾ ਵੀ, ਭਗੌਤ ਵੀ, ਭਗੌਤੀ ਵੀ, ਪਾਰ ਬ੍ਰਹਮ ਵੀ। ਤਾਂ ਜੇ 172 ਸੰਬੋਧਨਕ ਨਾਉ ਨੇ, ਤਾਂ ਫਿਰ ਮੇਰਾ ਖਿਆਲ ਜਿਹੜਾ ਪ੍ਰਥਮ ਭਗਉਤੀ ਸਿਮਰਕੇ ਦੇ ਉੱਤੇ ਸਾਡਾ ਨਿੱਕਾ ਜਿਹਾ ਤਰਕ ਵੀ ਲੋਕਾਂ ਨੇ ਪੈਦਾ ਕੀਤਾ, ਉਹਨਾਂ ਇਹ ਬੰਦੇ ਦੀ ਅਗਿਆਨਤਾ ਹੁੰਦੀ ਹੈ, ਜਿਹੜਾ ਬਿਨਾਂ ਸਮਝਿਆ, ਬਿਨਾਂ ਕਿਸੇ ਚੀਜ਼ ਨੂੰ ਪੜਿਆ, ਬਿਨਾਂ ਮਹਿਸੂਸ ਕੀਤਿਆਂ, ਤੇ ਜਿਹੜਾ ਐਵੇਂ ਝੰਡਾ ਚੱਕ ਦੇਣਾ, ਸਭ ਤੋਂ ਵੱਧ ਖਤਰਨਾਕ ਇਹ ਹੁੰਦਾ। ਜਸਵੰਤ ਸਿੰਘ ਨੇਕੀ ਹੋਣਾ ਨੇ ਇੱਕ ਹਕੀਮ ਦੀ ਕਥਾ ਲਿਖੀ ਹੈ। ਹਕੀਮ ਕੋਲੇ ਮਰੀਜ਼ ਚਲਾ ਗਿਆ, ਉਹਨੂੰ 5-6 ਬਿਮਾਰੀਆਂ, ਉਹਨੇ 8-10 ਪੂੜੇ ਬੰਨ ਤੇ ਦਵਾਈ ਦੇ, ਹਰ ਇੱਕ ਚੋਂ ਕੜਛੀ ਭਰ ਕੇ ਪਾ ਦੇ, ਸ਼ੂਗਰ ਵਾਲੀ ਵੀ ਪਾ ਦੇ, ਬੀਪੀ ਵਾਲੀ ਵੀ ਪਾ ਦੇ, ਬੁਖਾਰ ਵਾਲੀ ਵੀ ਪਾ ਦੇ, ਤੇ ਮਰੀਜ਼ ਮੁੱਕਰ ਗਿਆ, ਕਹਿੰਦਾ ਮਰਨਾ ਹੈ ਨਹੀਂ ਦਵਾਈ ਖਾ ਕੇ। ਹਕੀਮ ਕਹਿੰਦਾ ਕਦੀ ਦਵਾਈ ਖਾ ਕੇ ਵੀ ਕੋਈ ਮਰਿਆ, ਲੈ ਮੈਂ ਤੇਰੇ ਸਾਹਮਣੇ ਇੱਕ ਪੋੜਾ ਮੈਂ ਖਾ ਲੈਂਦਾ। ਹਕੀਮ ਨੇ ਫੱਕਾ ਮਾਰ ਕੇ ਪਾਣੀ ਨਾਲ ਖਾ ਲਿਆ, ਮਰੀਜ਼ ਦਾ ਵਿਸ਼ਵਾਸ ਬਣ ਗਿਆ। ਮਰੀਜ਼ ਨੇ ਘਰੇ ਜਾ ਕੇ ਪੂੜੀ ਖਾ ਲਈ, ਘਰੇ ਜਾ ਕੇ ਪਿੱਟ ਉੱਠਿਆ, ਕਹਿੰਦਾ ਮੈਨੂੰ ਅੱਗ ਲੱਗ ਗਈ, ਮੇਰੀ ਚਮੜੀ ਸੜੀ ਜਾਂਦੀ ਆ। ਘਰ ਵਾਲਿਆਂ ਨੇ ਸੋਚਿਆ ਵੀ ਦਵਾਈ ਦਾ ਰਿਐਕਸ਼ਨ ਹੋ ਗਿਆ। ਉਹ ਮਰੀਜ਼ ਨੂੰ ਚੱਕ ਕੇ ਹਕੀਮ ਅੱਲੀ ਭੱਜੇ, ਅੱਗੇ ਦੁਕਾਨ ਤੇ ਆਏ, ਹਕੀਮ ਹੈ ਨਾ, ਆਲਿਓ ਦੁਆਲਿਓ ਪੁੱਛਿਆ ਵੀ ਹਕੀਮ, ਕਹਿੰਦੇ ਛੱਪੜ ਵੱਲ ਨੂੰ ਭੱਜਿਆ ਜਾਂਦਾ ਸੀ, ਪਿੱਛੇ ਮਰੀਜ਼ ਲੈ ਕੇ ਚਲੇ ਗਏ। ਗਾਂ ਪਾਣੀ 'ਚ ਬੈਠਾ ਹਕੀਮ, ਕਹਿੰਦੇ ਬਾਹਰ ਆ ਭਲਿਆ ਮਾਨਸਾ, ਕਹਿੰਦਾ ਕਿਉਂ, ਆਂਹਦਾ ਕਿਹੜੀ ਦਵਾਈ ਦੇਤੀ ਮਰੀਜ਼ ਨੂੰ, ਆਂਹਦਾ ਕਹਿੰਦਾ ਮੈਨੂੰ ਅੱਗ ਲੱਗ ਗਈ, ਕਹਿੰਦਾ ਇਹਨੂੰ ਅਲੋਕਾਰ ਲੱਗੀ, ਮੈਨੂੰ ਆਪ ਲੱਗੀ ਪਈ ਆ। ਉਹ ਕਹਿੰਦੇ ਫਿਰ ਕੋਈ ਰਿਐਕਸ਼ਨ ਦੀ ਦਵਾਈ ਦੇ, ਉਹ ਕਹਿੰਦਾ ਮੈਨੂੰ ਰਿਐਕਸ਼ਨ ਦੀ ਦਵਾਈ ਕੋਈ ਨਹੀਂ ਆਉਂਦੀ, ਇਹਨੂੰ ਕਹਿ ਜੁੱਤੀ ਲਾ ਕੇ ਛੱਪੜ 'ਚ ਹੀ ਆ ਜਾ, ਇਹਦਾ ਇਲਾਜ ਉਹੀ ਹੈਗਾ। ਜੇ ਇਹਨੂੰ ਕਹਿੰਦੇ ਨੀਮ ਹਕੀਮ, ਇਹ ਬੜੇ ਅਖਾਣ ਨੇ ਜਿਹਨਾਂ ਦੇ ਪਿਛੋਕੜ 'ਚ ਕੋਈ ਫਲਸਫਾ ਹੈਗਾ। ਉਹ ਕਹਿੰਦਾ ਮੈਨੂੰ ਕੋਈ ਰਿਐਕਸ਼ਨ ਰੁਕਸ਼ਨ ਦਾ ਨਹੀਂ ਪਤਾ, ਮੈਂ ਵੀ ਪੂੜੀ ਖਾ ਲਈ, ਇਹਦਾ ਦਲਾਸਾ ਬਣਾਉਣੀ। ਉਹਨੇ ਭਲੇ ਮਾਲਸ ਨੇ ਕਹੀ ਅੱਗ ਸਾਨੂੰ ਦੋਹਾਂ ਨੂੰ ਲੱਗੀ, ਹੁਣ ਪਾਣੀ 'ਚ ਬਹਿ ਜਾਓ, ਜੇ ਬੁੱਝ ਗਈ ਨਹੀਂ ਫਿਰ ਵੇਖ ਲਾਂਗੇ ਸ਼ਾਮ ਨੂੰ ਕੀ ਬਣਦਾ। ਇਹ ਜਿਹੜੀ ਨੀਮ ਹਕੀਮਤਾ ਹੁੰਦੀ ਹੈ ਨਾ,
ਜਿਹੜੀ ਹਰ ਗੱਲ ਦੇ ਉੱਤੇ ਕਦੀ ਅੰਮ੍ਰਿਤ ਸਰੋਵਰਾਂ ਤੇ ਤਰਕ, ਕਦੀ ਨਿਤਨੇਮ ਤੇ ਤਰਕ, ਕਦੀ ਅੰਮ੍ਰਿਤ ਵੇਲੇ ਤੇ ਤਰਕ, ਕਦੀ ਅਰਦਾਸ ਤੇ ਤਰਕ, ਕਦੀ ਦਸਮ ਪਾਤਸ਼ਾਹ ਦੀ ਬਾਣੀ ਤੇ ਤਰਕ, ਕਦੀ ਸੰਪਰਦਾਵਾਂ ਟਕਸਾਲਾਂ ਤੇ ਤਰਕ, ਮੈਂ ਬੜੀ ਇਮਾਨਦਾਰੀ ਨਾਲ ਕਹਿੰਦਾ ਗੁਰੂ ਦਾ ਬਾਗ ਹੈ। ਬਾਗ ਸੋਹਣਾ ਕਿਉਂ ਆ? ਉਹਦੇ ਚ ਅਨੇਕ ਤਰ੍ਹਾਂ ਦੇ ਫੁੱਲ ਨੇ। ਤਾਂ ਇਹ ਜਿਹੜੇ ਹਰ ਜਦੋਂ ਸਾਡੇ ਕੋਈ ਅਦਾਰੇ ਨਹੀਂ ਸੀ ਬਣੇ, ਸ਼੍ਰੋਮਣੀ ਕਮੇਟੀ ਨਹੀਂ ਸੀ ਬਣੀ, ਮਿਸ਼ਨੀ ਕਾਲਜ ਨਹੀਂ ਸੀ ਬਣੇ, ਉਦੋਂ ਪ੍ਰਚਾਰ ਕੌਣ ਕਰਦਾ ਸੀ? ਉਦੋਂ ਉਹਨਾਂ ਯੋਧਿਆਂ ਨੇ, ਮੈਂ ਯੋਧਾ ਸ਼ਬਦ ਤਾਂ ਵਰਦਾ, ਸਾਧੂਆਂ ਨੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ ਦੁਨੀਆ ਭਰ ਵਿੱਚ, ਉਦੋਂ ਸੋਰਸ ਵੀ ਕਿੰਨੇ ਹੁੰਦੇ ਸਨ। ਮੇਰੇ ਸਹੁਰਾ ਸਾਹਿਬ ਸੰਤ ਗੁਰਬਚਨ ਸਿੰਘ ਜੀ ਤੋਂ ਪੜ੍ਹੇ ਸਨ, ਉਦੋਂ ਸਪੀਕਰ ਮਾਈਕ ਨਹੀਂ ਸੀ ਹੁੰਦਾ। ਉਹਨਾਂ ਨੇ ਆਪਣੀ ਜੀਵਨੀ 'ਚ ਲਿਖਿਆ ਕਿ ਜਦੋਂ ਮੈਂ ਪਹਿਲੀ ਵਾਰ ਸੁਣਿਆ, ਉਹ ਅੱਠਵੀਂ ਜਮਾਤ 'ਚ ਪੜ੍ਹਦੇ ਸਨ, ਅਤੇ ਸੰਤਾਂ ਨੇ ਗੁਰਦੁਆਰਾ ਸਾਹਿਬ ਦਾ ਦੀਵਾਨ ਸੀ, ਅਤੇ ਕਹਿੰਦੇ ਮੈਨੂੰ ਥੱਲੇ ਜਗ੍ਹਾ ਨਾ ਮਿਲੀ, ਮੈਂ ਉੱਤੇ ਛੱਤ ਦੇ ਉੱਤੇ ਵੀ ਲੋਕ ਬੈਠੇ ਸਨ ਗੈਲਰੀ 'ਚ, ਮੈਂ ਉੱਥੇ ਖੜ੍ਹ ਗਿਆ ਬਿਨਾਂ ਸਪੀਕਰ ਤੋਂ। ਡੇਢ ਘੰਟਾ ਸਵੇਰੇ ਕਥਾ, ਡੇਢ ਘੰਟਾ ਸ਼ਾਮੀ ਕਥਾ। ਆਹ ਹੁਣ ਬੱਤੀ ਚੱਲੀ ਜਾਵੇ, ਮੈਂ 5 ਮਿੰਟ ਤੋਂ ਵੱਧ ਨਹੀਂ ਉੱਚੀ ਬੋਲ ਸਕਦਾ, ਭਾਵੇਂ ਮੈਂ ਲੱਖ ਕਹੀ ਜਾਵਾਂ। ਤਾਂ ਜਿਹੜੀ ਉਹਨਾਂ ਦੀ ਕੁਰਬਾਨੀ ਆ, ਕੋਈ ਸੋਰਸ ਨਹੀਂ, ਕੋਈ ਗੱਡੀਆਂ ਨਹੀਂ, ਕੋਈ ਸਪੀਕਰ ਨਹੀਂ, ਕੋਈ ਸੰਗਤ ਦਾ ਜੇ ਇਹ ਰੂਪ ਨਹੀਂ ਹੈਗਾ ਜਿਹੜਾ ਅੱਜ ਸਾਡੇ ਕੋਲ ਮੀਡੀਆ ਹੈਗਾ, ਤਾਂ ਉਹਨਾਂ ਦੀ ਕਮਾਈ ਦਾ ਅਸੀਂ ਲੋਕਾਂ ਦੀ ਦਾ ਧਿਆਨ ਧਰ ਕੇ ਇਸ ਲਈ ਬੋਲਦੇ ਹਾਂ। ਉਹਨਾਂ ਦੀ ਬੰਦਗੀ ਨੇ, ਉਹਨਾਂ ਦਾ ਚੱਲਣਾ ਹੀ ਆਪਣੇ ਆਪ ਵਿੱਚ ਪ੍ਰਚਾਰ ਸੀਗਾ। ਤੇ ਜੇ ਅੱਜ ਅਸੀਂ 21ਵੀਂ ਸਦੀ ਵਿੱਚ ਅਸੀਂ ਕਹੀਏ ਵੀ ਅਸੀਂ ਹੀ ਧਰਮ ਜਾਣਦੇ ਹਾਂ, ਨਹੀਂ, ਇਹਦੇ ਪਿਛੋਕੜ 'ਚ ਜਿਹੜਾ ਸਾਡਾ ਫਲਸਫਾ ਪਿਆ, ਜਿਹੜੀਆਂ ਪਿਛੋਕੜ 'ਚ ਕੁਰਬਾਨੀਆਂ ਨੇ, ਜਿਹੜੀਆਂ ਸਮਰਪਿਤ ਭਾਵਨਾਵਾਂ ਨੇ, ਜਿਹੜੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜਗ੍ਹਾ ਜਗ੍ਹਾ 'ਤੇ ਜਾਣਾ, ਘੁੰਮਣਾ, ਸਮੇਂ ਨਾਲ ਵੀ ਟਕਰਾਉਣਾ, ਸੋਰਸ ਵੀ ਨਹੀਂ ਹੈਗੇ, ਤਾਂ ਉਹਨਾਂ ਦੀ ਜਿਹੜੀ ਦੇਣ ਆ ਉਹਨੂੰ ਮਾਈਨਸ ਨਹੀਂ ਕੀਤਾ ਜਾ ਸਕਦਾ। ਇਹਦੇ ਲਈ ਮੈਂ ਕਹਿੰਦਾ ਕਿ ਧਰਮ ਦੇ ਖੇਤਰ ਵਿੱਚ, ਲਿਖਣ ਦੇ ਖੇਤਰ ਵਿੱਚ ਇਹ ਜਿਹੜੀ ਸ਼ਰਧਾ ਭਾਵਨਾ ਅਧਿਐਨ ਇਸ ਲਈ ਜ਼ਰੂਰੀ ਹੈ ਕਿ ਕੌਮਾਂ ਦੇ ਨਿਆਰੇਪਣ ਕਹਿਣ ਕਰਕੇ ਨਹੀਂ ਹੁੰਦੇ। ਸਿੰਘ ਸਾਹਿਬ ਜੀ ਵੀ ਬਾਰ ਬੇਨਤੀ ਕਰੇ ਸੀ, ਇਹ ਜਿਹੜੀ ਜੀਵਨ ਸ਼ੈਲੀ ਹੈ ਇਹ ਆਪਣੇ ਆਪ ਵਿੱਚ ਇੱਕ ਨਿਆਰਾਪਣ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿਹੜੀਆਂ ਰਹਿਮਤਾਂ ਕੀਤੀਆਂ, ਮੈਂ ਇੱਕ ਸਵਈਆ ਪੜ੍ਹ ਰਿਹਾ ਸਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਤਿਗੁਰੂ ਜੀਓ, ਜਿਹੜੇ ਲੋਕ ਬੜੇ ਮਲੀਨ ਰਹਿੰਦੇ ਨੇ, ਉਹ ਕਹਿੰਦੇ ਸਾਡੇ ਹਿੰਦੁਸਤਾਨ 'ਚ ਨਾ ਬੜੇ ਮਤ ਚੱਲੇ, ਕਈ ਸੌਖੇ ਜਿਹੇ ਮਤ ਹੁੰਦੇ ਵੀ ਚਲੋ ਕਈ ਨੰਗੇ ਪੈਰੀ ਚੱਲ ਪਏ, ਧੂਣੀਆਂ ਧਕਾ ਕੇ ਬਹਿ ਗਏ, ਕਿਸੇ ਨੇ ਪਿੰਡੇ 'ਤੇ ਸਵਾਹ ਮਲ ਲਈ, ਕੋਈ ਗੰਦਗੀ 'ਚ ਲਿਟਣ ਲੱਗ ਪਿਆ, ਕਿਸੇ ਨੇ ਕੱਪੜੇ ਤਿਆਗ ਤੇ। ਸਾਡੇ ਭਾਰਤ ਦੇ ਲੋਕ ਇਹੋ ਜਿਹੇ ਸੀ, ਕਹਿਣਾ ਬੜਾ ਵੱਡਾ ਧਰਮੀ ਆ ਜੀ, ਇਹ ਗੰਦਾ ਹੀ ਰਹਿੰਦਾ ਜੀ, ਇਹ ਸਵਾਹ ਨਾਲ ਲਿਪੜਿਆ ਰਹਿੰਦਾ ਜੀ, ਇਹ ਨੰਗੇ ਪੈਰੀ ਰਹਿੰਦਾ ਜੀ। ਅਤੇ ਸਤਿਗੁਰਾਂ ਅੱਗੇ ਸਵਾਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਇਹ ਜਿਹੜੇ ਮਲੀਨ ਰਹਿੰਦੇ ਨੇ ਜਾਂ ਬਭੂਤੀਆਂ ਮਲਦੇ ਨੇ ਜਾਂ ਮਸਾਣਾ 'ਚ ਰਾਤਾਂ ਕੱਢਦੇ ਨੇ ਜਾਂ ਮੱਠਾਂ ਦੇ ਵਿੱਚ ਬੈਠੇ ਰਹਿੰਦੇ ਨੇ ਜਾਂ ਜਿਹੜੇ ਚੁੱਪ ਧਾਰ ਕੇ ਬੈਠੇ ਰਹਿੰਦੇ ਨੇ, ਕੀ ਰੱਬ ਇਹਨਾਂ ਨੂੰ ਮਿਲਦਾ? ਅਤੇ ਸਤਿਗੁਰਾਂ ਦਾ ਇੱਕ ਸਵਈਆ ਹੈ, ਕਹਿੰਦੇ ਖੂਕ ਮਲਹਾਰੀ ਗੱਜ ਗਧਾ ਵਿਭੂਤ ਧਾਰੀ ਗਿਦੂਆ ਮਸਾਣ ਵਾਸ ਕਰਿਓ ਹੀ ਕਰਤਾ। ਖੂਕ ਕਹਿੰਦੇ ਸੂਰ ਨੂੰ, ਸਤਿਗੁਰੂ ਕਹਿੰਦੇ ਵੀ ਜੇ ਗੰਦੇ ਰਹਿਣ ਨਾਲ ਰੱਬ ਮਿਲਦਾ ਹੋਵੇ, ਸੂਰ ਤੋਂ ਗੰਦਾ ਕੋਈ ਨਹੀਂ ਰਹਿ ਸਕਦਾ, ਕਿਉਂਕਿ ਖੂਕ ਮਲਹਾਰੀ ਮਲ ਦੇ ਵਿੱਚ ਹੀ ਰਹਿੰਦਾ ਤੇ ਮਲ ਹੀ ਖਾਂਦਾ। ਗੱਜ ਗਧਾ ਵਿਭੂਤ ਧਾਰੀ, ਗੱਜ ਕਹਿੰਦੇ ਹਾਥੀ ਨੂੰ, ਹਾਥੀ ਤੇ ਗਧੇ ਨੂੰ ਕਦੇ ਲਿਟਦਾ ਵੇਖੋ? ਸਾਧੂ ਕੋਲੋਂ ਨਹੀਂ ਇੰਨਾ ਵਿਭੂਤੀ 'ਚ ਲਿਟਿਆ ਜਾਣਾ ਜਿੰਨਾ ਇਹ ਦੋਵੇਂ ਲਿਟਦੇ ਨੇ। ਗਿਦੂਆ ਕਹਿੰਦੇ ਨੇ ਜਿਹੜਾ ਬਿੱਜੂ ਆ, ਕਹਿੰਦੇ ਜਿਹੜਾ ਬਿੱਜੂ ਆ ਨਾ ਇਹ ਸਾਰਾ ਦਿਨ ਮਸਾਣਾ ਦੇ ਵਿੱਚ ਰਹਿੰਦਾ, ਤੇ ਜੇ ਮਸਾਣਾ 'ਚ ਰਾਤਾਂ ਕੱਟਣ ਨਾਲ ਰੱਬ ਮਿਲਦਾ ਹੋਵੇ ਤੇ ਫਿਰ ਬਿੱਜੂ ਨੂੰ ਮਿਲਣਾ ਚਾਹੀਦਾ। ਫਿਰ ਸਤਿਗੁਰੂ ਕਹਿੰਦੇ ਘੁੱਗੂ ਮੱਟ ਵਾਸੀ, ਘੁੱਗੂ ਸ਼ਬਦ ਦਾ ਬਚਪਨ 'ਚ ਨਹੀਂ ਸੀ ਪਤਾ ਹੁੰਦਾ, ਘੁੱਗੂ ਦਾ ਅਰਥ ਟੀਕਾਕਾਰਾਂ ਨੇ ਉੱਲੂ ਲਿਖਿਆ। ਮੈਂ ਕਹਿੰਦਾ ਉਹਨਾਂ ਕਈ ਸ਼ਬਦ ਨਾ ਸਮਝ ਨਹੀਂ ਆਉਂਦੇ, ਪੜ੍ਹਦਿਆਂ ਪੜ੍ਹਦਿਆਂ ਸਮਝ ਆਉਂਦੇ ਆ। ਇੱਕ ਸ਼ਬਦ ਮੈਂ ਸਾਂਝਾ ਕਰਦਾ ਆਪਦੇ ਸਮੇਂ 'ਚ, ਇੱਕ ਸ਼ਬਦ ਹੈ ਭੂਆ। ਮੈਨੂੰ ਨਹੀਂ ਸੀ ਪਤਾ ਭੂਆ ਨੂੰ ਭੂਆ ਕਿਉਂ ਕਹਿੰਦੇ। ਇਹ ਸਾਰੇ ਸ਼ਬਦ ਭੂਮੀ ਤੋਂ ਬਣੇ ਨੇ, ਭੋਏ, ਜਦੋਂ ਭੂਗੋਲ ਪੜ੍ਹਦੇ ਹਾਂ ਆਪਾਂ, ਭੂਗੋਲ ਭੂਮੀ ਤੋਂ, ਜਿਹੜੀ ਭੂਮੀ ਦੇ ਹਿੱਸੇ ਦੀ ਵਾਰਸ ਹੈ ਉਹੋ ਹੀ ਭੂਆ, ਉਹੋ ਹੀ ਭੂਮੀ ਐਣ, ਉਹੋ ਹੀ ਭੂਮੀ ਰਾਹ ਭਰਾ, ਉਹੀ ਬਾਪੂ ਆ। ਬਾਪੂ ਦਾ ਮੂਲ ਰੂਪ ਹੈ ਬਾਪੂ, ਭੂ ਦਾ ਜਿਹੜਾ ਵਾਰਸ ਆ, ਭੂਮੀ ਦਾ ਵਾਰਸ ਆ, ਉਹ ਪੰਜਾਬੀ 'ਚ ਬਾਪੂ ਹੋ ਗਿਆ, ਇਹਦਾ ਮੂਲ ਸ਼ਬਦ ਹੈ ਬਾਪੂ। ਉੱਥੋਂ ਹੀ ਬਣਿਆ ਭੂਆ, ਉੱਥੋਂ ਹੀ ਬਣਿਆ ਭੂ ਤੀਜੇ, ਜਿਹਨੂੰ ਆਪਾਂ ਕਹਿੰਦੇ ਨਾ ਭਤੀਜੇ ਭਤੀਜੀਆਂ, ਭੂ ਤੀਜੇ ਭੋਏ ਦੇ ਤੀਜੇ ਥਾਂ ਦੇ ਵਾਰਸ, ਕਿਉਂਕਿ ਉਹਦੇ ਪਿਤਾ ਦੇ ਉਹ ਪੋਤਰੇ ਨੇ। ਭੂ ਤੀਜੀ ਭੋਏ ਦੀ ਤੀਜੀ ਥਾਂ ਦੀ ਵਾਰਸ, ਇਹ ਸਾਰੇ ਭੋਏ ਨਾਲ ਸ਼ਬਦ ਨੇ, ਪ੍ਰੋਪਰਟੀ ਨਾਲ ਸ਼ਬਦ ਸੰਬੰਧਿਤ ਨੇ, ਇਹਦੇ ਪਿਛੋਕੜ 'ਚ ਕੋਈ ਅਰਥ ਤਾਂ ਹੈ। ਹੁਣ ਸਾਨੂੰ ਨਹੀਂ ਸੀ ਸਮਝ ਤੇ ਨਹੀਂ ਸੀ ਸਮਝ, ਉਹ ਮੇਰੇ ਵਰਗੇ ਨੇ ਟਿੰਡ 'ਚ ਕਰਨਾ ਕਰ ਪਾਤਾ ਵੀ ਫਿਰ ਫੁੱਫੜ ਨੂੰ ਫੁੱਫੜ ਕਿਉਂ ਕਹਿੰਦੇ, ਭੂਆ ਦੇ ਅਰਥ ਤੇ ਠੀਕ ਨੇ।
ਉਹ ਕਹਿੰਦਾ ਵੀ ਇਹ ਜਵਾਈ ਭਾਈ ਹੁੰਦਾ, ਇਹਦੀ ਬਹੁਤੀ ਚੰਗੀ ਸੇਵਾ ਸੁਵਾ ਨਾ ਹੋਵੇ, ਬੁੜ ਬੁੜ ਫੁੜ ਫੁੜ ਬੜੀ ਕਰਦਾ, ਫੁੜ ਫੁੜ ਕਰਦਾ, ਕਰੇ ਨੂੰ ਫੁੱਫੜ ਕਹਿੰਦੇ ਨੇ। ਅੱਜ ਤੱਕ ਜੋ ਸਾਡਾ ਥੀਸਜ ਹੈ, ਅੱਜ ਤੱਕ ਜੋ ਖੋਜ ਹੈ ਇਹਨਾਂ ਸ਼ਬਦਾਂ ਪ੍ਰਤੀ ਇਹੋ ਹੈ। ਕੱਲ ਨੂੰ ਕਿਸੇ ਭਾਸ਼ਾ ਚੋਂ ਲੱਭ ਜੇ ਕਿਸੇ ਨੂੰ, ਵੈਸੇ ਲੱਭਿਆ ਨਹੀਂ, ਮੈਂ ਕੋਸ਼ਿਸ਼ ਮੈਂ ਵੀ ਬੜੀ ਕੀਤੀ ਹੈ, ਫਾਰਸੀ ਪੰਜਾਬੀ ਕੋਸ਼, ਉਰਦੂ ਪੰਜਾਬੀ ਕੋਸ਼, ਵੀ ਕਿਤੇ ਇਹਨਾਂ ਸ਼ਬਦਾਂ ਦਾ ਕਿਤੇ ਪਿਛੋਕੜ ਪਿਆ। ਪਰ ਮੈਨੂੰ ਇਹ ਸ਼ਬਦਾਂ ਨਾਲ ਸਹਿਮਤੀ ਲੱਗੀ ਕਿ ਸੱਚਮੁੱਚ ਇਹ ਭੋਏ ਤੋਂ ਭੂਮੀ ਦੇ ਨਾਲ ਜੁੜਦੇ ਜੁੜਦੇ ਸ਼ਬਦ ਨੇ, ਇਹਦਾ ਮਤਲਬ ਇਹਨਾਂ ਦਾ ਕੋਈ ਮਤਲਬ ਹੈ। ਸਤਿਗੁਰੂ ਕਹਿੰਦੇ ਘੁੱਗੂ ਮੱਟ ਵਾਸੀ, ਕਹਿੰਦੇ ਜੇ ਤੁਸੀਂ ਕਹਿੰਦੇ ਨਾ ਮੱਠਾਂ ਵਿੱਚ ਰੱਬ ਮਿਲਦਾ ਤੇ ਉੱਲੂ ਨੂੰ ਮਿਲਣਾ ਚਾਹੀਦਾ। ਮਨ ਡੋਲਤ ਉਦਾਸੀ ਮਿਰਗ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਜੇ ਤਾਂ ਕਹਿੰਦੇ ਚੁੱਪ ਕੀਤਿਆਂ ਰੱਬ ਮਿਲਦਾ ਹੋਵੇ ਨਾ, ਤੇ ਰੁੱਖ ਹਮੇਸ਼ਾ ਚੁੱਪ ਰਹਿੰਦੇ ਨੇ, ਤੇ ਜੇ ਉਪਰਾਮ ਹੋਇਆ ਮਿਲਦਾ ਹੋਵੇ ਤੇ ਫਿਰ ਮਿਰਗਾਂ ਨੂੰ ਮਿਲਣਾ ਚਾਹੀਦਾ। ਬਿੰਦ ਕੇ ਸਦਈਆ ਤਾਹੇ ਹੀਜ ਕੋ ਵਡਈਆ ਦੇਤ, ਬਾਂਦਰ ਸਦੀਵ ਪਾਉ ਨਾਂਗੇ ਹੀ ਫਿਰਤ ਹੈ। ਜੇ ਕਹਿੰਦੇ ਬਿੰਦ ਸਾਧਣ ਦੇ ਨਾਲ ਮਿਲਦਾ ਹੋਵੇ ਨਾ, ਫਿਰ ਹੀਜ ਖੁਸਰੇ ਨੂੰ ਮਿਲਣਾ ਚਾਹੀਦਾ, ਜੋ ਭਗਤ ਕਬੀਰ ਜੀ ਨੇ ਲਿਖਿਆ ਨਾ, ਬਿੰਦ ਰੱਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਇਹੋ ਹੀ ਗੁਰਬਾਣੀ 'ਚ ਫਰਮਾਨ ਹੈ, ਔਰ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਅੰਕਿਤ ਕੀਤਾ। ਜੇ ਤੁਸੀਂ ਕਹਿੰਦੇ ਨੰਗੇ ਪੈਰੀਂ ਭ੍ਰਮਣ ਨਾਲ ਰੱਬ ਮਿਲਦਾ, ਤੇ ਬਾਂਦਰ ਕਹਿੰਦੇ ਬੜਾ ਸਿਆਣਾ ਸਾਰਿਆਂ ਜਾਨਵਰਾਂ 'ਚੋਂ, ਇਹਦੇ ਜੁੱਤੀ ਚੋਰੀ ਕਰਕੇ ਵੀ ਪਾ ਸਕਦਾ, ਤੇ ਇਹਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਇਹ ਸਚੇਤ ਹੈ, ਇਹਨੂੰ ਬੰਦਿਆਂ ਦਾ ਪੂਰਵਜ ਕਹਿੰਦੇ ਨੇ। ਸਤਿਗੁਰਾਂ ਨੇ ਅੰਤ ਵਿੱਚ ਤਤ ਸਹਿਰ ਦਿੱਤਾ, ਕਹਿੰਦੇ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਗਿਆਨ ਕੇ ਵਿਹੀਨ ਸ਼ੀਨ ਕੈਸੇ ਕੇ ਤਰਤ ਹੈ। ਅੰਗਨਾ ਕਹਿੰਦੇ ਇਸਤਰੀ ਨੂੰ, ਸਾਡੇ ਵਾਮ ਮਾਰਗੀਆਂ ਦੇ ਪੰਥ ਚੱਲੇ, ਕਈਆਂ ਦੇ ਚੱਲੇ, ਕਹਿੰਦੇ ਕੁਝ ਲੋਕ ਇਸਤਰੀ ਦੇ ਸਰੂਪ ਅਧੀਨ ਨੇ, ਕੁਝ ਕਾਮ ਕ੍ਰੋਧ ਵਿੱਚ ਲਿਪਤ ਨੇ, ਪਰ ਕਹਿੰਦੇ ਏਕ ਗਿਆਨ ਕੇ ਵਿਹੀਨ, ਇੱਕ ਗਿਆਨ ਤੋਂ ਬਿਨਾਂ ਸ਼ੀਨ, ਕਹਿੰਦੇ ਜਿਹੜਾ ਕਮਜ਼ੋਰ ਹੋਵੇ, ਕਹਿੰਦੇ ਇਹ ਜਿਹੜੇ ਚਾਰ ਸਫੇਰਿਓਂ ਕਮਜ਼ੋਰ ਨੇ, ਜਿਹੜੇ ਕਮਜ਼ੋਰੀਆਂ ਨੂੰ ਧਰਮ ਮੰਨੀ ਬੈਠੇ ਨੇ, ਇਹ ਕਹਿੰਦੇ ਕਦੀ ਪਾਰ ਨਹੀਂ ਲੱਗ ਸਕਣਗੇ ਗਿਆਨ ਦੀ ਜਿਹੜੀ ਮਹਿਮਾ। ਕਿਉਂਕਿ ਜੇ ਏਡੇ ਏਡੇ ਗ੍ਰੰਥ ਸਤਿਗੁਰੂ ਬਖਸ਼ਿਸ਼ ਕਰ ਗਏ ਨੇ, ਇਹ ਸਾਡੇ ਪੜ੍ਹਨ ਵਾਸਤੇ ਨੇ, ਨਾ ਕਿ ਰੱਦ ਕਰਨ ਵਾਸਤੇ ਨੇ। ਇਹਨਾਂ ਨੂੰ ਜਿੰਨੀ ਕੋਈ ਡੂੰਘੀ ਧੁੱਬੀ ਲਾਏਗਾ, ਗਿਆਨ ਕੀ ਹੈ, ਧਿਆਨ ਤੇ ਗਿਆਨ ਦੋ ਸ਼ਬਦ ਇਕੱਠੇ ਆਉਂਦੇ ਨੇ, ਜਿੰਨਾ ਕਿਸੇ ਦਾ ਧਿਆਨ ਡੂੰਘਾ ਓਨਾ ਹੀ ਉਹਦਾ ਗਿਆਨ ਡੂੰਘਾ ਹੋਵੇਗਾ, ਤੇ ਜਿਹਦਾ ਧਿਆਨ ਹੀ ਨਹੀਂ ਕਿਸੇ ਪਾਸੇ ਤੇ ਧਿਆਨ ਹੀ ਨੈਗਟਿਵਿਟੀ ਵਿੱਚ ਹੋਵੇ, ਧਿਆਨ ਹੀ ਤਰਕ ਸ਼ਸਤਰ ਤੇ ਖੜਾ ਹੋਵੇ, ਉਹ ਬਹੁਤਾ ਡੂੰਘਾ ਨਹੀਂ ਹੁੰਦਾ। ਡੰਗਾਈ ਹਮੇਸ਼ਾ ਧਿਆਨ ਵਿੱਚੋਂ ਪੈਦਾ ਹੁੰਦੀ ਹੈ, ਔਰ ਇਸੇ ਲਈ ਅਰਦਾਸ ਵਿੱਚ ਅਸੀਂ ਵਾਰ ਵਾਰ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਸਾਨੂੰ ਪ੍ਰੇਰਿਤ ਕੀਤਾ ਗਿਆ ਵੀ ਇਹ ਸਿਰਫ ਕਹਿਣ ਦੇ ਸ਼ਬਦ ਨਹੀਂ ਹੈ, ਬੰਦ ਬੰਦ ਕਟਵਾਉਣੇ, ਖੋਪੜੀਆਂ ਲਹਾਉਣੀਆਂ, ਇਹ ਜਿੰਨੇ ਸ਼ਬਦ ਵਰਤੇ ਗਏ ਨੇ ਇਹਦੇ ਪਿੱਛੇ ਬਹੁਤ ਇੱਕ ਲੰਬੀ ਘਾਲਣਾ ਹੈ ਉਹਨਾਂ ਬਜ਼ੁਰਗਾਂ ਦੀ ਕਿ ਉਹਨਾਂ ਇੱਕ ਇੱਕ ਸ਼ਬਦ ਨੂੰ ਚੁਣ ਕੇ ਇਸ ਲਈ ਲਾਇਆ ਕਿ ਜਦੋਂ ਇਹਨਾਂ ਦੀ ਕਮਾਈ ਦਾ ਧਿਆਨ ਤੁਹਾਡੇ ਗਿਆਨ ਇੰਦਰੇ ਤੇ ਕਰਮ ਇੰਦਰੇ ਜਦ ਇਕਾਗਰ ਹੋ ਕੇ ਕਦੀ ਚਿੰਤਨ ਮੰਥਨ ਕਰਨਗੇ ਨਾ, ਤੇ ਤੁਸੀਂ ਫਿਰ ਤੁਹਾਡੀ ਜ਼ੁਬਾਨ ਵਿੱਚੋਂ ਵਾਹਿਗੁਰੂ ਸ਼ਬਦ ਆਏਗਾ, ਉਸਤਤੀ ਆਏਗੀ, ਵਡਿਆਈ ਆਏਗੀ ਕਿ ਇਹਨਾਂ ਦੇ ਕਰਕੇ ਸਾਡਾ ਧਰਮ ਜਿਉਂਦਾ ਹੈ। ਇਹਨਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੇ ਵਿੱਚ ਗਿਆਨੀ ਵੀ ਨੇ, ਧਿਆਨੀ ਵੀ ਨੇ, ਕੁਰਬਾਨੀ ਵਾਲੇ ਵੀ ਨੇ, ਯੋਧੇ ਵੀ ਨੇ, ਸਾਰਿਆਂ ਦੀ ਕਮਾਈ ਦਾ ਧਿਆਨ ਧਰਿਆ ਜਾਂਦਾ। ਇਸ ਲਈ ਜਿਹੜਾ ਨਿਆਰਾਪਣ ਹੈ, ਨਿਆਰੇਪਣ ਦੇ ਵਿੱਚ, ਕਿਉਂਕਿ ਇਹ ਹਮੇਸ਼ਾ ਸਵੈਮਾਣ ਜਿਹੜਾ ਮਨੁੱਖ ਨੂੰ ਉਹ ਨਿਆਰਾ ਰੱਖਦਾ, ਔਰ ਸਤਿਗੁਰਾਂ ਨੇ ਤਾਂ ਪਹਿਲੇ ਜਾਮੇ ਤੋਂ ਹੀ ਨਿਆਰਾਪਣ ਸਾਨੂੰ ਕਰ ਦਿੱਤਾ, ਇਹ ਹੁਣ ਪਹਿਰਾ ਜਿਹੜਾ ਇਹ ਨਾਦੀ ਪਰਿਵਾਰ ਨੇ ਦੇਣਾ ਹੁੰਦਾ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੰਨੀ ਵੀ ਬਾਣੀ ਹੈ ਇਹਦਾ ਅਧਿਐਨ ਹੁਣ ਸ਼ੁਰੂ ਹੋਇਆ ਥੋੜ੍ਹੇ ਸਾਲਾਂ ਤੋਂ, ਕੁਝ ਨਿੰਦਿਆ ਕਰਨ ਵਾਲਿਆਂ ਦਾ ਸਾਨੂੰ ਫਾਇਦਾ ਵੀ ਹੋ ਗਿਆ, ਜੇ ਉਹ ਇੰਨੀ ਨਿੰਦਿਆ ਨਾ ਕਰਦੇ ਤੇ ਸਾਡੀਆਂ ਸਮੂਹ ਕਾਲਜਾਂ ਯੂਨੀਵਰਸਿਟੀਆਂ 'ਚ ਸੰਪਰਦਾਵਾਂ ਟਕਸਾਲਾਂ 'ਚ ਤਾਂ ਪਹਿਲਾਂ ਭਾਵੇਂ ਪੜ੍ਹਿਆ ਜਾਂਦਾ ਸੀ, ਪਰ ਹੁਣ ਨਿੱਠ ਕੇ ਇਹਦਾ ਅਧਿਐਨ ਸ਼ੁਰੂ ਹੋਇਆ। ਕਿਉਂਕਿ ਸਾਡੇ ਕੋਲ ਜੇ ਟੀਕਾਕਾਰੀ ਗਿਆਨੀ ਨਾਰਾਇਣ ਸਿੰਘ ਮਜੰਗਾਂ ਵਾਲਿਆਂ ਦੀ ਹੈ ਅਤੇ ਗਿਆਨੀ ਬਿਸ਼ਨ ਸਿੰਘ ਲੱਖੋਵਾਲ ਨੇ 6 ਭਾਗਾਂ 'ਚ ਟੀਕਾ ਕੀਤਾ ਸੀ, ਉਹ ਸਾਡੇ ਖਾਲਸਾ ਕਾਲਜ 'ਚ 1909 'ਚ ਗ੍ਰੰਥੀ ਸਿੰਘ ਆਏ ਸਨ ਅਤੇ 30-32 ਸਾਲ ਉਹ ਧਰਮ ਦੇ ਵੀ ਰਹੇ ਔਰ ਗ੍ਰੰਥੀ ਸਿੰਘ ਵੀ ਰਹੇ। ਉਹਨਾਂ ਨੇ 6 ਭਾਗਾਂ 'ਚ ਗੁਰੂ ਦਸਮ ਗ੍ਰੰਥ ਜੀ ਦਾ ਟੀਕਾ ਕੀਤਾ ਔਰ 8 ਭਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ। ਉਸ ਤੋਂ ਬਾਅਦ ਵਿਕੋ ਲਿਤਰੀਆਂ ਬਾਣੀਆਂ ਉੱਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਅੱਛਾ ਕੰਮ ਕੀਤਾ, ਖਾਸ ਕਰਕੇ ਜਿਹੜੀ ਉਹਨਾਂ ਭੂਮਿਕਾ ਲਿਖੀ ਆ ਨਾ ਨਿਤਨੇਮ ਦੇ ਸਟੀਕ ਦੀ 1975 ਵਿੱਚ, ਉਹ ਬਹੁਤ ਹੀ ਪਿਆਰੀ ਲਿਖੀ ਹੈ। ਔਰ ਮੈਂ ਕਹਿੰਦਾ ਹੁੰਦਾ ਕਿ ਜਿੰਨੇ ਵੀ ਇਹ ਸਾਡੇ ਬਾਹਰਲੇ ਪ੍ਰਚਾਰਕ ਨੇ ਉਹ ਜਦੋਂ ਤਾਂ ਵਿਆਖਿਆ ਕਰਦੇ ਨੇ ਉਦੋਂ ਤਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹ ਕੇ ਕਰਦੇ ਨੇ,
ਪਰ ਜਦੋਂ ਉਹ ਨਿੰਦਿਆ ਕਰਨ ਲੱਗਦੇ ਨੇ ਜਾਪ ਸਾਹਿਬ ਦੀ, ਉਦੋਂ ਵੀ ਪ੍ਰੋਫੈਸਰ ਸਾਹਿਬ ਦਾ ਟੀਕਾ ਕਿਉਂ ਨਹੀਂ ਪੜ੍ਹਦੇ? ਇਹ ਗੱਲ ਤਾਂ ਨਾ ਹੋਈ ਨਾ ਵੀ ਅੱਧੀ ਕੁਕੜੀ ਰਿੱਝਦੀ ਅੱਧੀ ਚੋਗਾ ਚੁਗਣ ਗਈ ਆ, ਜਾਂ ਤਾਂ ਉਸ ਪਾਸੇ ਹੋ ਜਾਓ ਜਾਂ ਉਸ ਪਾਸੇ ਹੋ ਜਾਓ, ਜਾਂ ਤਾਂ ਫਿਰ ਸਾਰੀ ਰਿੱਝਦੀ ਹੈ ਜਾਂ ਫਿਰ ਸਾਰੀ ਚੋਗਾ ਚੁਗਣ ਗਈ ਆ। ਇਹ ਨਹੀਂ ਵੀ ਅੱਧੀ ਵੱਢ ਕੇ ਅਸੀਂ ਰਿੰਨ ਲਈ ਅਤੇ ਅੱਧੀ ਜਿਹੜੀ ਅਗਲਾ ਹਿੱਸਾ ਉਹ ਚੋਗਾ ਚੁਗਦਾ ਫਿਰਦਾ। ਇਹ ਦੋ ਰੂਪ ਨਹੀਂ ਕਦੀ ਹੋ ਸਕਦੇ। ਦੁਬਦਾ ਵਿੱਚੋਂ ਸਤਿਗੁਰਾਂ ਨੇ ਕੱਢਿਆ, ਤਾਂ ਹੀ ਤਾਂ ਕਿਹਾ ਬਾਣੀ ਚ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਦੋ ਵਿਚਾਰਧਾਰਾਂ ਵਾਲਾ ਮਨੁੱਖ, ਜਿਹਨੂੰ ਆਪਾਂ ਪੰਜਾਬੀ ਚ ਦੋਗਲਾ ਸ਼ਬਦ ਵਰਤ ਲੈਂਦੇ, ਤੇ ਦੋਗਲੇ ਵਿੱਚ ਜਿਹੜਾ ਕਦੀ ਵੀ ਕਰੈਕਟਰ ਨਹੀਂ ਬਿਲਡ ਹੁੰਦਾ ਹੁੰਦਾ, ਉਹ ਕਦੀ ਉੱਧਰ ਹੋ ਗਿਆ ਕਦੀ ਖੱਬੇ ਹੋ ਗਿਆ, ਇਹਨੂੰ ਸਿੱਧੀ ਪੰਜਾਬੀ ਵਿੱਚ ਕਹਿੰਦੇ ਥਾਲੀ ਦਾ ਵੈਂਗਣ, ਕਿਉਂਕਿ ਵੈਂਗਣ ਜਿਹੜਾ ਰੁੜਦਾ ਬੜੀ ਛੇਤੀ ਆ, ਉਹ ਥਾਲੀ ਵਾਲਾ ਇੱਧਰ ਕਰ ਲੈਂਦਾ ਵੈਂਗਣ, ਇੱਧਰ ਰੁੜ ਜਾਂਦਾ, ਇੱਧਰ ਕਰਦਾ ਤੇ ਇੱਧਰ ਰੁੜ ਜਾਂਦਾ। ਨਹੀਂ, ਇਹ ਜਾਂ ਇੱਕ ਪਾਸੇ ਸਥਿਰਤਾ ਗੁਰੂ ਸਾਹਿਬ ਨੇ ਦਿੱਤੀ, ਔਰ ਇਸੇ ਲਈ ਔਰੰਗਜ਼ੇਬ ਬਾਦਸ਼ਾਹ ਨੂੰ ਕਿਹਾ ਸੀ ਕਿ ਹਮੂ ਮਰਦ ਬਾਇਦ ਸ਼ਬਦ ਸੁਖਨ ਵਰਨਾ ਸ਼ਿਕਵੇਂ ਦਿਗਰ ਦਰਦ ਹਾਨੇ ਦਿਗਰ। ਕਹਿੰਦੇ ਮਰਦ ਉਹ ਹੈ ਜਿਹੜਾ ਬਚਨਾਂ ਦਾ ਪੱਕਾ ਹੋਵੇ, ਜਿਹਦੇ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ, ਉਹ ਸੱਚਾ ਮਰਦ ਕਹਾਉਣ ਦਾ ਹੱਕਦਾਰ ਨਹੀਂ। ਸਤਿਗੁਰਾਂ ਨੇ ਜਿਹੜੀ ਸੱਚੇ ਮਰਦ ਦੀ ਪਰਿਭਾਸ਼ਾ ਜ਼ਫਰਨਾਮੇ ਦੇ ਹਮੂ ਮਰਦ ਬਾਇਦ, ਮੈਨੂੰ ਉਹ ਮਰਦ ਚਾਹੀਦਾ ਸ਼ਬਦ ਸੁਖਨਵਾਰ, ਸੁਖਨਵਾਰ ਹੁੰਦਾ ਪੱਕੇ ਬੋਲਾਂ ਵਾਲਾ, ਨਾ ਦਰ ਦਹਾਨੇ ਦਿਗਰ, ਹਮੂ ਮਰਦ ਬਾਇਦ ਸ਼ਬਦ ਸੁਖਨਵਾਰ, ਨਾ ਸ਼ਿਕਵੇ ਦਿਗਰ ਦਰ ਦਹਾਨੇ ਦਿਗਰ। ਇਹ ਨਹੀਂ ਵੀ ਢਿੱਡ ਵਿੱਚ ਕੁਝ ਹੋਰ ਹੈ ਤੇ ਮੁੱਖ ਤੇ ਕੁਝ ਹੋਰ ਹੈ। ਬਾਬੇ ਫਰੀਦ ਜੀ ਨੇ ਲਿਖਿਆ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਕਹਿੰਦੇ ਜਿਨ੍ਹਾਂ ਦੇ ਮੁੱਖ ਤੇ ਹੋਰ ਆ ਮਨ ਤੇ ਹੋਰ ਆ, ਉਹ ਕੱਚੇ ਕਹਿ ਜਾਣਗੇ, ਔਰ ਕੱਚੇ ਕਹਿ ਜਾਂਦੇ ਆ, ਉਹ ਕੱਚਾਪਣ ਨਹੀਂ ਕਦੀ ਹੋ ਸਕਦਾ। ਖਾਲਸਾ ਫਿਰ ਜਾਂ ਤੇ ਫਿਰ ਪੂਰਾ ਹੀ ਖਾਲਸਾ, ਇਹ ਨਹੀਂ ਹੈਗਾ ਵੀ ਇੱਕ ਦਿਨ ਉੱਠ ਪਿਆ ਤੇ ਦੋ ਦਿਨ ਕਵੇ, ਨਹੀਂ, ਅੰਮ੍ਰਿਤ ਵੇਲਾ ਨਹੀਂ ਹੁੰਦਾ ਜੀ। ਫਿਰ ਕਿਸੇ ਨੇ ਪ੍ਰੇਰਤਾ ਜਾਗ ਪਿਆ, ਕਦੀ ਉਹ ਇੱਧਰ ਹੋ ਗਿਆ ਕਦੀ ਇੱਧਰ ਹੋ ਗਿਆ, ਤਾਂ ਸਤਿਗੁਰਾਂ ਨੇ ਵੀ ਕਦੀ ਪ੍ਰਵਾਨ ਨਹੀਂ ਕੀਤਾ। ਇਹ ਖੋਤੇ ਉੱਤੇ ਸ਼ੇਰ ਦੀ ਖੱਲ ਸਾਖੀ ਨਹੀਂ ਹੈਗੀ, ਅਸਲ ਵਿੱਚ ਸਮਾਜ ਨੂੰ ਸਮਝਾਉਣ ਦਾ ਢੰਗ ਸੀਗਾ, ਅੰਦਰੋਂ ਵੀ ਉਹੋ ਜਿਹਾ ਹੋਵੇ ਬਾਹਰੋਂ ਵੀ ਉਹੋ ਜਿਹਾ ਹੋਵੇ, ਤੇ ਇਹ ਜੇ ਦੋ ਰੂਪ ਨਹੀਂ ਕਦੀ ਚੱਲ ਸਕਦੇ। ਇਹ ਜਿਹੜੀ ਦੁਬਧਾ ਖੜੀ ਕੀਤੀ ਜਾ ਰਹੀ ਹੈ, ਮੈਂ 5 ਮਿੰਟ 'ਚ ਸਮਾਪਤੀ ਕਰ ਦਿੰਦਾ। ਤੀਜੇ ਘੱਲੂ ਘਾਰੇ ਤੋਂ ਬਾਅਦ 84 ਤੋਂ ਬਾਅਦ 84 ਵਿੱਚ ਸਾਨੂੰ ਸਰੀਰਕ ਤੌਰ 'ਤੇ ਸਰਕਾਰ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਉਸ ਤੋਂ ਵੀ ਚੰਗਾ ਰੂਪ ਲੈ ਕੇ ਉੱਠੇ। ਸੰਤਾਂ ਦੀ ਸ਼ਹੀਦੀ ਹੋਈ, ਯੋਧਿਆਂ ਨੇ ਸ਼ਹੀਦੀਆਂ ਪਾਈਆਂ, ਹੁਣ ਸਰਕਾਰਾਂ ਦੇ ਏਜੰਡੇ ਬਣਦੇ ਨੇ ਵੀ ਸਿਧਾਂਤਕ ਤੌਰ 'ਤੇ ਇਹਨਾਂ ਨੂੰ ਖਤਮ ਕਰੋ, ਇਹਨਾਂ ਨੂੰ ਆਪਸ ਵਿੱਚ ਲੜਾ ਛੱਡੋ। ਉਸ ਲੜਾਈ ਦਾ ਬੰਨ ਜਿਹੜਾ 84 ਤੋਂ ਬਾਅਦ ਬੰਨਣ ਦੀ ਕੋਸ਼ਿਸ਼ ਕੀਤੀ, ਕੁਝ ਕਲਮਾਂ ਖਰੀਦੀਆਂ ਗਈਆਂ, ਕੁਝ ਸਿਰ ਖਰੀਦੇ ਗਏ। ਉਹ ਜਿਹੜੇ ਖਰੀਦੇ ਗਏ ਉਹਨਾਂ ਨੂੰ ਵੇਖਿਆ ਵੀ ਸਿੱਖ ਲੜ ਕਿਵੇਂ ਪੈਂਦੇ ਨੇ, ਉਹਨਾਂ ਨੇ ਨਵੇਂ ਨਵੇਂ ਏਜੰਡੇ ਲੱਭੇ ਵੀ ਇਹਨਾਂ ਦੀ ਆਪਸੀ ਲੜਾਈ ਪਾ ਛੱਡੋ। ਉਹ ਜਿਹੜੇ ਖਰੀਦੇ ਹੋਏ ਲੋਕ ਆ ਉਹ ਜਾਪ ਸਾਹਿਬ ਦਾ ਵਿਰੋਧ ਕਰਦੇ ਨੇ, ਨਿਤਨੇਮ ਦਾ ਵੀ ਕਰਦੇ ਨੇ, ਅਮਰ ਸੰਚਾਰ ਦੀਆਂ ਬਾਣੀਆਂ ਦਾ ਕਰਦੇ ਨੇ, ਅਰਦਾਸ ਦਾ ਕਰਦੇ ਨੇ, ਖੰਡੇ ਬਾਟੇ ਦੇ ਅਮਰ ਦਾ ਕਰਦੇ ਨੇ, ਸਾਧੂ ਮਹਾਤਮਾ ਦਾ ਕਰਦੇ ਨੇ, ਔਰ ਸਾਡੇ ਵਿਦਵਾਨਾਂ ਦਾ ਔਰ ਪਹੁੰਚੀਆਂ ਰੂਹਾਂ ਦਾ ਕਰਦੇ ਨੇ। ਉਹਦਾ ਕਾਰਨ ਸਿਰਫ ਇੱਕੋ ਹੈਗਾ ਕਿ ਤੁਸੀਂ ਇਹ ਜਿਹੜੀ ਦੁਬਧਾ ਹੁੰਦੀ ਹੈ, ਇਹ ਹਮੇਸ਼ਾ ਸਮਾਜ ਦੇ ਵਿੱਚ ਕੁਝ ਭੋਲੇ ਭਾਲੇ ਲੋਕ ਹੁੰਦੇ ਆ, ਉਹ 2-4% ਵੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੁੰਦੇ ਆ, ਮਤ ਕੋਈ ਸੋਚੇ, ਉਹ ਵੀ ਗੁੰਮਰਾਹ ਕਰ ਸਕਦੇ ਨੇ। ਕਿ ਉਹ ਜਿਹੜਾ ਠੱਗ ਆ ਨਾ, ਚੋਰ ਨਹੀਂ ਖਤਰਨਾਕ, ਡਾਕੂ ਨਹੀਂ ਖਤਰਨਾਕ, ਠੱਗ ਸਭ ਤੋਂ ਵੱਧ ਖਤਰਨਾਕ ਹੁੰਦਾ। ਔਰ ਹਮੇਸ਼ਾ ਠੱਗ ਦਿਨ ਦੇ ਵੇਲੇ ਲੁੱਟਦਾ, ਤੁਹਾਡੀ ਭਾਸ਼ਾ 'ਚ ਤੁਹਾਡੀ ਬੋਲੀ 'ਚ ਤੁਹਾਨੂੰ ਜਾਗਦਿਆਂ ਨੂੰ ਲੁੱਟਦਾ। ਚੋਰ ਦਾ ਤਾਂ ਪਤਾ ਇਹਨੇ ਰਾਤ ਨੂੰ ਚੋਰੀ ਕਰਨੀ ਆ, ਡਾਕੂ ਨੇ ਹਿੱਕ ਦੇ ਜ਼ੋਰ ਨਾਲ ਲੁੱਟਣਾ। ਔਰ ਇਹਦੇ 'ਚ ਸਾਡੇ 'ਚ ਠੱਗ ਲਿਆ ਕੇ ਵਾੜ ਦਿੱਤੇ, ਉਹ ਠੱਗ ਹੁਣ ਸਾਨੂੰ ਕਈ ਵਾਰੀ ਲੱਗਦਾ ਵੀ ਆ ਵੀ ਸਾਡੇ ਵਰਗੇ ਹੀ ਨੇ, ਵੀ ਭਾਈ ਇਹਨਾਂ ਨੇ ਵੀ ਨੀਲੀਆਂ ਪੱਗਾਂ ਬੱਧੀਆਂ, ਕਾਲੀਆਂ ਬੱਧੀਆਂ, ਕੇਸਰੀ ਬੱਧੀਆਂ, ਗਾਤਰਾ ਵੀ ਕਕਾਰ ਵੀ ਪਾਏ ਨੇ, ਪਰ ਜੋ ਬੋਲਦੇ ਨੇ ਉਹ ਤੋਤਿਆਂ ਵਾਂਗੂ ਬੁਲਾਏ ਹੋਏ ਨੇ, ਜੋ ਉਹਨਾਂ ਨੂੰ ਸਿਖਾਇਆ ਉਹ ਬੋਲਦੇ ਨੇ। ਉਹਦੇ 'ਚ ਸਾਡਾ ਸਮਾਜ ਦੇਸ਼ ਵਿਦੇਸ਼ ਵਿੱਚ ਥੋੜ੍ਹੇ ਜਿਹੇ ਪ੍ਰਤੀਸ਼ਤ ਗਮਰਾਹ ਵੀ ਹੁੰਦਾ, ਪਰ ਸਾਨੂੰ ਸਤਿਗੁਰਾਂ ਦੇ ਬਚਨ 'ਤੇ ਭਰੋਸਾ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਆਹ ਮਲੰਮੇ ਦੇ ਗਹਿਣੇ ਵੀ ਬੜੇ ਚੱਲੇ ਸੀ, ਹੁਣ ਉਹ ਵਿਚਾਰੀਆਂ ਸਧਾਰਨ ਤੋਂ ਸਧਾਰਨ ਬੀਬੀਆਂ ਸਿਆਣ ਦਿੰਦੀਆਂ ਵੀ ਇਹ ਤਾਂ 10-5 ਵਾਲੇ ਹੀ ਹੈਗੇ ਨੇ, ਚਮਕਦੇ ਚਮਕਦੇ ਹੀ ਆ, ਸੋਨਾ ਨਹੀਂ ਹੈਗਾ। ਨਕਲੀ ਨੋਟ ਮਾਰਕੀਟ ਵਿੱਚ ਚੱਲੇ ਕਿੰਨੇ ਕੁ ਚੱਲ ਗਏ, 2-4 ਦਿਨ ਚੱਲਦੇ ਨੇ, ਮੁੜ ਕੇ ਰਿਕਸ਼ੇ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਵੀ ਜਿਹਦੇ 'ਤੇ ਗਾਂਧੀ ਦੀ ਫੋਟੋ ਨਹੀਂ ਸਵਾਰ ਕੇ ਬਣਾਈ, ਇਹ ਨਹੀਂ, ਇਹ ਅਸਲੀ ਨਹੀਂ ਹੁੰਦਾ, ਇਹ ਨਕਲੀ ਹੁੰਦਾ। ਨਕਲੀ ਅਸਲੀ ਦੀ ਪਹਿਚਾਣ ਮਾੜੇ ਤੋਂ ਮਾੜਾ ਬੰਦਾ ਕਰ ਲੈਂਦਾ। ਸਮਾਂ ਆਉਂਦਾ ਕਿ ਸਮੇਂ ਬਾਅਦ ਜਦੋਂ ਸਮਾਜ ਨੂੰ ਆਪਣਾ ਕੰਮ ਸੁਚੇਤ ਕਰਨਾ, ਜਿਹੜਾ ਸੁਚੇਤ ਸਮਾਜ ਆ ਜਦੋਂ ਸਮਝ ਆਉਂਦਾ, ਉਗਰ ਗਿਆ ਜੈਸੇ ਖੋਟਾ ਟੱਬੂਆ ਨਦਰ ਸਰਾਫੇ ਆਇਆ, ਇਹ ਖੋਟੇ ਟੱਬੂਏ ਮਾੜਾ ਮੋਟਾ ਕੰਮ ਕਰਦੇ ਹੁੰਦੇ ਆ, ਇਹ ਜਿਹੜੀ ਪ੍ਰੀ ਪਲਾਨ ਛੱਡੇ ਹੋਏ ਤੋਤੇ ਨੇ। ਅਤੇ ਮੈਂ ਨਾ ਸਿੰਘ ਸਭਾ ਲਹਿਰ 'ਚੋਂ ਨਾ ਇੱਕ ਕੁੱਕੜਬਾਜ਼ਾਂ ਦੀ ਕਹਾਣੀ ਪੜ੍ਹੀ, ਅਤੇ ਉਹ ਕਿਸੇ ਨੇ ਮੁਰਗਬਾਜ਼ ਨੂੰ ਪੁੱਛਿਆ ਵੀ ਇਹ ਆਪਸ ਵਿੱਚ ਲੜ ਕਿਵੇਂ ਪੈਂਦੇ ਨੇ, ਤਾਂ ਦੋਵੇਂ ਕੁੱਕੜ ਨੇ।
ਉਹ ਕਹਿੰਦਾ ਇਹ ਲੜਦੇ ਥੋੜਾ ਇਹਨਾਂ ਨੂੰ ਲੜਾਉਣ ਦੀ ਟ੍ਰੇਨਿੰਗ ਦਿੱਤੀ ਹੈ ਕਹਿੰਦਾ ਉਹ ਕਿਵੇਂ ਕਹਿੰਦਾ ਪਹਿਲਾਂ ਦੋਵੇਂ ਚਿੱਟੇ ਕੁੱਕੜ ਸਨ ਇੱਕ ਖੁੱਡੇ ਚ ਤਾੜਤੇ ਫਿਰ ਆਂਦਾ 10-15 ਦਿਨਾਂ ਨੂੰ ਚੋਗਾ ਪਾਈ ਗਿਆ ਫਿਰ ਇਹਨਾਂ ਚੋਂ ਇੱਕ ਬਾਹਰ ਕੱਢ ਲਿਆ ਉਹਨੂੰ ਆਂਦਾ ਕਾਲਾ ਨੀਲਾ ਰੰਗ ਕਰਕੇ ਜਾਂ ਹਰਾ ਰੰਗ ਕਰਕੇ ਆਂਦਾ ਖੁੱਡੇ ਚ ਛੱਡਤਾ ਹੁਣ ਅੰਦਰਲੇ ਚਿੱਟੇ ਨੂੰ ਲੱਗਦਾ ਵੀ ਮੇਰੇ ਨਾਲ ਦਾ ਤਾਂ ਚਿੱਟਾ ਸੀ ਇਹ ਹਰਾ ਕਾਲਾ ਕਿਹੜਾ ਦੁਸ਼ਮਣ ਆ ਗਿਆ ਉਹ ਗੁੱਸੇ 'ਚ ਉਹਨੂੰ ਠੂੰਗਾ ਮਾਰਦਾ ਹੁਣ ਜਿਹਨੂੰ ਹਰਾ ਕਾਲਾ ਕੀਤਾ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਮੈਨੂੰ ਹਰਾ ਕਾਲਾ ਕਰਤਾ ਉਹਨੇ ਕਿਹੜਾ ਸ਼ੀਸ਼ਾ ਵੇਖਿਆ ਉਹ ਕਹਿੰਦਾ ਵੀ ਇਹ ਤਾਂ ਮੇਰਾ ਭਾਈ ਸੀਗਾ ਉਹ ਉਹਨੂੰ ਠੂੰਗਾ ਮਾਰਦਾ ਵੀ ਤੂੰ ਮੇਰੇ ਨੇ ਕਿਉਂ ਠੂੰਗੇ ਮਾਰੀ ਜਾਂਦਾ ਆਹਦਾ ਇਹਨਾਂ ਨੂੰ ਖੂਨ ਪੀਣ ਦਾ ਸਵਾਦ ਪੈ ਜਾਂਦਾ ਦੁਆਨ ਹੁਣ ਆਹਦਾ ਜਦੋਂ ਅਸੀਂ ਇਹਨੂੰ ਚਰਾਏ 'ਚ ਛੱਡਦੇ ਹਾਂ ਨਾ ਲੋਕੀ ਤਾੜੀਆਂ ਮਾਰਦੇ ਨੇ ਦੇ ਤਮਾਸ਼ਾ ਵਿਖਾਈ ਜਾਂਦੇ ਤਾਂ ਸਾਨੂੰ ਮੁਰਗਬਾਜ਼ ਕਹਿੰਦੇ ਨੇ ਕਿ ਸਾਨੂੰ ਮੁਰਗੇ ਲੜਾਉਣੇ ਆਉਂਦੇ ਨੇ ਪਿੱਛੇ ਏਜੰਸੀਆਂ ਨੇ ਮੁਰਗੇ ਲੜਾਉਣ ਲਈ ਦੋਵਾਂ ਚੋਂ ਨੂੰ ਹਰਾ ਰੰਗ ਕਰਕੇ ਛੱਡਤਾ ਸਾਨੂੰ ਇੰਜ ਲੱਗਦਾ ਵੀ ਉਹ ਸਾਡੇ ਹੀ ਨੇ ਪਰ ਉਹਨਾਂ ਦਾ ਜਿਹੜਾ ਦਿਮਾਗ 'ਚ ਪਾਤਾ ਨਾ ਉਹ ਜੋ ਪਾਤਾ ਉਹ ਸਾਡੀ ਲੜਾਈ ਦਾ ਕੇਂਦਰ ਬਣ ਗਿਆ ਖੈਰ ਸ਼ਰਧਾ ਵਾਲਿਆਂ ਨੂੰ ਭਾਵਨਾ ਵਾਲਿਆਂ ਨੂੰ ਨਾ ਕੋਈ ਸ਼ੰਕਾ ਹੈ ਨਾ ਸ਼ੰਕਾ ਰਹੇਗਾ ਨਾ ਕੋਈ ਸ਼ੰਕੇ ਦੀ ਗੁੰਜਾਇਸ਼ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਉਹ ਹਰ ਯੁੱਗ ਵਿੱਚ ਵੀ ਹੋਏ ਨੇ ਉਹ ਪਹਿਲਾਂ ਵੀ ਉਹਨਾਂ ਨਾਲ ਇਹੋ ਕੁਝ ਹੁੰਦਾ ਰਿਹਾ ਗੁਰੂ ਕਾਲ ਦੇ ਵਿੱਚ ਵੀ ਗਾਂਹਵੀਂ ਸਮਿਆਂ ਵਿੱਚ ਇਹੋ ਹੁੰਦਾ ਰਹੇਗਾ ਸਤਿਗੁਰੂ ਰਹਿਮਤ ਕਰਨ ਗੁਰੂ ਦਾ ਪੰਥ ਹੈ ਆਪਾਂ ਨਹੀਂ ਸੀ ਗੁਰੂ ਦਾ ਪੰਥ ਤਾਂ ਵੀ ਸੀਗਾ ਆਪਾਂ 20-30-50 ਸਾਲਾਂ ਬਾਅਦ ਨਹੀਂ ਹੋਏਗਾ ਗੁਰੂ ਦਾ ਪੰਥ ਤਾਂ ਵੀ ਜੁਗੋ ਜੁਗ ਟਲ ਰਹੇਗਾ ਹਾਂ ਇਸ ਸਮੇਂ ਵਿੱਚ ਅਸੀਂ ਇਹਦੇ 'ਚ ਕੋਈ ਯੋਗਦਾਨ ਪਾ ਸਕੇ ਇਹ ਸਾਡੀ ਸ਼ਰਧਾ ਭਾਵਨਾ ਹੈਗੀ ਆ ਇੱਕ ਗੱਲ ਕਰਕੇ ਸਮਾਪਤੀ ਕਰ ਦੇਣਾ ਮੇਰਾ ਸਮਾਂ ਸਮਾਪਤ ਹੋ ਗਿਆ ਕਹਿੰਦੇ ਭੰਗਾਣੀ ਦੇ ਯੁੱਧ ਵਿੱਚ ਇੱਕ ਸਿੱਖ ਨੇ ਮਿਆਨ 'ਚੋਂ ਤਲਵਾਰ ਨਾ ਕੱਢੀ ਸਣ ਮਿਆਨੇ ਲੜੀ ਜਾਵੇ ਪਿੱਛੋਂ ਕਿਸੇ ਸਿੱਖ ਨੇ ਆਵਾਜ਼ ਮਾਰੀ ਉਹ ਭਲਿਆ ਮਾਨਸਾ ਉਹ ਆਂਦਾ ਮਿਆਨ 'ਚੋਂ ਤਲਵਾਰ ਤੇ ਕੱਢ ਲੈ ਉਸ ਦਾ ਸਿੱਖ ਨੇ ਉੱਤਰ ਦਿੱਤਾ ਉਹ ਕਹਿੰਦਾ ਨਾ ਮੈਂ ਲੜਨਾ ਨਾ ਤਲਵਾਰ ਨੇ ਲੜਨਾ ਲੜਨਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਨੇ ਲੜਨਾ ਜਦੋਂ ਬਖਸ਼ਿਸ਼ ਹੋਈ ਅਸੀਂ ਸਣ ਮਿਆਨੇ ਵੀ ਜੰਗ ਜਿੱਤ ਜਾਣਾ ਇਹਨੂੰ ਕਹਿੰਦੇ ਭਰੋਸਾ ਸੀਤਲ ਜੀ ਕਹਿੰਦੇ ਹੁੰਦੇ ਸੀ ਇਹ ਆ ਭਰੋਸਾ ਜਿਹਦਾ ਇੰਨਾ ਭਰੋਸਾ ਹੈਗਾ ਕਿ ਮਿਆਨਾ ਨੇ ਤੇ ਤਲਵਾਰਾਂ ਨੇ ਨਹੀਂ ਲੜਨਾ ਸਤਿਗੁਰਾਂ ਦੀ ਰਹਿਮਤ ਨੇ ਲੜਨਾ ਤੇ ਸਤਿਗੁਰਾਂ ਦੀ ਰਹਿਮਤ ਹਰ ਧਰਤੀ ਤੇ ਵਰਸਦੀ ਹੈ ਉਹ ਮਰਿਆਦਾ ਰਹੇਗੀ ਉਹ ਅਰਦਾਸ ਰਹੇਗਾ ਉਹ ਸਦੀਵ ਕਾਲ ਗੁਰੂ ਪੰਥ ਸਤਿਗੁਰਾਂ ਦੀ ਬਾਣੀ ਗਾਉਂਦਾ ਰਹੇਗਾ ਭਰਮ ਵਾਲਿਆਂ ਦੇ ਭਰਮ ਟੁੱਟ ਜਾਣਗੇ ਅੱਜ ਨਹੀਂ ਟੁੱਟੇ ਕੱਲ੍ਹ ਨੂੰ ਟੁੱਟ ਜਾਣਗੇ ਸਤਿਗੁਰੂ ਰਹਿਮਤ ਕਰਨਗੇ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ ਇਸ ਮਹਾਨ ਬਾਣੀ ਦਾ ਚਿੰਤਨ ਅਧਿਐਨ ਕਰਨ ਦਾ ਇਹਦੇ ਇਤਿਹਾਸਕ ਪੱਖ ਦਾ ਅਧਿਆਤਮਕ ਪੱਖ ਦਾ ਰੂਹਾਨੀਅਤ ਪੱਖ ਦਾ ਸਾਨੂੰ ਮਹਿਸੂਸ ਹੋਵੇ ਔਰ ਸਦੀਵ ਕਾਲ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ ਇਹਨਾਂ ਦਾ ਸਨਮਾਨ ਕਰ ਰਹੇ ਹਨ ਸਿੰਘ ਸਾਹਿਬ ਜਸਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬੋਲੇ ਸੋ ਨਿਹਾਲ ਸੋ ਹੁਣ ਸਿੰਘ ਸਾਹਿਬ ਜੀ ਨਾਲ ਤੇ ਵਿਦਵਾਨਾਂ ਦਾ ਧੰਨਵਾਦ ਕਰਨਗੇ ਉਪਰੰਤ ਸਮਾਪਤੀ ਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਉਹ ਸਿੱਖ ਸੰਗਤਾਂ ਦੇ ਰੂਬਰੂ ਹੋਣਗੇ ਸਿੰਘ ਸਾਹਿਬ ਜਸਬੀਰ ਸਿੰਘ ਜੀ ਹੁਣ ਆਏ ਹੋਏ ਵਿਦਵਾਨਾਂ ਦਾ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਿੰਘ ਕੁਝ ਕਾਰਨਾਂ ਕਰਕੇ ਬਾਹਰ ਨੇ ਉਹ ਥੋੜ੍ਹੇ ਸਮੇਂ ਲਈ ਹੋਰ ਇੰਤਜ਼ਾਰ ਕਰੋ ਸਿੰਘ ਸਾਹਿਬ ਜੀ ਗਿਆਨੀ ਜਸਵੰਤ ਸਿੰਘ ਜੀ ਉਹਨਾਂ ਨੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਆ ਭਾਵੇਂ ਤੁਸੀਂ ਬਹੁਤ ਵਾਰੀ ਉਹਨਾਂ ਨੂੰ ਸੁਣਿਆ ਹੋਵੇਗਾ ਕਥਾ ਸੁਣੀ ਹੋਵੇਗੀ ਪਰ ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਉਹਨਾਂ ਨੂੰ ਇੱਥੇ ਸੱਦਾ ਦੇ ਕੇ ਬੁਲਾਇਆ ਉਹਦਾ ਕੋਈ ਕਾਰਨ ਆ ਜਿਹੜਾ ਆਪ ਹੀ ਉਹ ਤੁਸੀਂ ਬੋਲਣ ਤੋਂ ਬਾਅਦ ਸਮਝ ਆਉਂਗੇ ਮੈਂ ਸਿਰਫ ਅੱਜ ਪਹੁੰਚੇ ਹੋਏ ਵਿਦਵਾਨਾਂ ਦਾ ਧੰਨਵਾਦ ਕਰਨ ਵਾਸਤੇ ਖੜਾ ਹੋਇਆ ਕਿ ਡਾਕਟਰ ਹਰਪਾਲ ਸਿੰਘ ਜੀ ਪੰਨੋਂ ਡਾਕਟਰ ਸਰਦਾਰ ਅਨੁਰਾਗ ਸਿੰਘ ਜੀ ਪ੍ਰੋਫੈਸਰ ਗੋਗੋਆਣੀ ਸਾਹਿਬ ਭਾਵੇਂ ਪਹਿਲਾਂ ਵੀ ਬਹੁਤ ਵਾਰੀ ਸੁਣੇ ਇਹ ਇੱਕ ਉਪਰਾਲਾ ਆਰੰਭ ਕੀਤਾ ਗਿਆ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਉਹਨਾਂ ਨਾਲ ਵਿਚਾਰਾਂ ਕੀਤੀਆਂ ਗਈਆਂ
कि जो पहला महापुरख संत बाबा करतार सिंह जी खालसा पिंडरां वाले महापुरख संत बाबा जरनैल सिंह जी खालसा धर्म युद्ध के दौरान भी सिख स्कालरां दा सिख विद्वानां दा जिहड़ा व्यू लैंदे रहे सानू भी ये परंपरा जारी रखनी चाहीदी है। इहदे नाल बड़ा वड्डा लाभ होवेगा और वाकई अज गिनती पक्षों भावें अं समझते हाँ कि गिनती बहुत घट रही। मैं भी बेनती करते हैं कि असी सैमीनार करन वाले सारे लीडर ही सीगे, साडे च इक्को ही नौजवान से शायद कवर अमरिंदर सिंह नाम दा सिंह साहब जी का बेटा है, ये उहदे कल्ले दी मेहनत है। उन्हें सानू प्रेरिया सी कहिंदे बाबा जी कोले लैके भी गया उत्थे मेहते कहिंदे भी आपां थावां थावां ते सैमीनार करिए। ते अज सानू सारिआं नूं ही जिन्ने 8-10 प्रबंधक सी ना उन्हां नूं महसूस बहुत होया कि जो कुछ सानू करना चाहीदा सी सानू मेहनत करनी चाहीदी सी वो तो असी की नहीं। तो आने वाला जो सैमीनार होएगा वो जरूर असी मेहनत करांगे। सच्चाई है कि रात 12:30 सारे प्रबंधक असी 12:30 इत्थे पहुंचे हैं। मैं तो इस करके इतने जी दो दिन की कथा से महाराज की कृपा ने इतने हाजरी भरनी सी, पर फिर भी मैं होर प्रोग्राम ते चले गया, राती 12:30 आया मैं इतने। तो जिन्हें पूछना चढ़ती कला है वो चढ़ती कला तो हैगी है, पर जो प्रबंध होना चाहिए सी उहदे साडे तो बहुत वड्डी कमी रही। पर इहदे बावजूद मैं समझदा कि सतगुरु ने बहुत वड्डी कृपा की है। आरंभता जिहड़ी सैमीनारां दी सी शुरू की है, विचार गोष्ठी कह लो, जिहड़े विद्वानां ने अपनी जिंदगी का बहुत वड्डा हिस्सा पढ़न वाले पासे लाया, खास करके सिख इतिहास नूं सिख फिलोसफी नूं पढ़न वास्ते जिहड़ा समां लाया ना, साडे जिहड़े विद्वान ने मैं 12-15 नूं जाणदा जिहड़े दमदमी टकसाल तों पढ़े होए विद्वान ने साडे जिन्हां ने प्रचार करना कर रहे ने, मैं जो उन्हां दे मनां च देख के कहां ते उह कहणगे इहो जिहे सैमीनार ते हर एतवार नूं होण, क्योंकि बड़ा कुछ बहुत वड्डियां प्राप्तियां हुंदियां। कई वार मनुख बहुत कुछ जाणदा हुंदा है पर उहदे बावजूद निराशता भी चलिया जांदा भी उह वी आह बोली जांदा, फलाना भी ऐं बोली जांदा, फलाना भी बोली जांदा, छड्डो परां। पर जदों इहो जिही विचार गोष्ठी हुंदी है उहदे विचों बड़ी वड्डी हौसला अफसाई मिलदी है भी नहीं, सानू अपने मिशन ते दृढ़ता दे नाल चलन की जरूरत है। सो इस वास्ते मैं प्रबंधकां गुरमुखां नूं बेनती करूँ जिन्हां कि असीं राय कीती सी कि सारे पंजाब च घट्टो घट जिला वाइज दमदमी टकसाल वालों इन्हां सैमीनारां की लड़ी रंभनी चाहीदी है, वह आपां तकड़े होके अज दीआं रहीआं कमियां नूं दूर करन वास्ते कमर कसा करिए और इन्हां विद्वानां तो होर भी अगे सीध लै के आपां अगे वधीए। जरूरत है इस चीज़ की, खास करके जिहड़े प्रचारक ने साडे इन्हां नूं जरूरत है। तो मीडिया राहीं इह गल दुनिया च जा रही है चली जाणी है। सो इस वास्ते मैं आए हुए विद्वानों का बहुत बहुत धन्यवाद करदा कि तुसीं बहुत कीमती बचन सानू सुनाए ने जिन्हां दी अज बहुत वड्डी जरूरत है। इस दे नाल ही मैं बेनती करूं क्योंकि साढ़े भी विद्वान ने भावें देसी जे विद्वान ने पर तुसीं सुने बहुत है सिंह साहब, असीं पढ़े इकट्ठे हाँ, पढ़न तो मैं 5-7 महीने सीनियर होऊंगा इन्हां नालों, पर जो कुछ इकट्ठे रह के वेख्या है ना इस मनुख के उपर बख्शिश है महाराज की महापुरखां की, ये हर एक ते नहीं हुंदी किसी किसी ते हुंदी है। असीं इहनूं मजाक करना, संत बाबा करतार सिंह जी खालसा जी ने ना सानूं वड्डे वड्डे रजिस्टर कापियां दित्तियां, पेंसिल दित्तियां, कलमां दित्तियां, पेन दिते भी तुसीं कथा लिखनी आ, ये भी कथा लिखिया करन, ये बहिंदे हुंदे सी मूहरे, सब तो मूहरे बहना। तो असीं दलबीर सोणा ने असीं कई सिंघां ने इन्हां नूं मजाक करना भी इहनूं बोलना आउंदा नहीं, थथला हैगा है, तो ऐं लिखदा फटाफट भी जानी सारी कथा ही करूगा ये,
ਤੇ ਸਾਡੀਆਂ ਹੀ ਗੱਲਾਂ ਸੰਤਾਂ ਕੋਲ ਪਹੁੰਚ ਜਾਣੀਆਂ ਤੇ ਸੰਤ ਇਹਨੂੰ ਕਹਿੰਦੇ ਗਿਆਨੀ ਸੀ ਹਲੇ ਕਦੋਂ ਗਿਆਨੀ ਨਹੀਂ ਸੀਗੇ ਉਹ ਮਹਾਂਪੁਰਖਾਂ ਨੂੰ ਪਤਾ ਸੀ ਵੀ ਗਿਆਨੀ ਆ ਗਿਆਨੀ ਕਹਿੰਦੇ ਸੀ ਕਹਿੰਦੇ ਗਿਆਨੀਆਂ ਤੂੰ ਪ੍ਰਵਾਹ ਨਾ ਕਰ ਤੇਥੋਂ ਕਥਾ ਕਰਾਉਣੀ ਆ ਮਹਾਂਪੁਰਖਾਂ ਦੇ ਯਥਾਰਥ ਬਚਨ ਦੇਖੋ 30 ਸਾਲ ਕਥਾ ਕਰਾਈ ਮੰਜੀ ਸਾਹਿਬ 30 ਸਾਲ ਸੋ ਇਹ ਉਹਨਾਂ ਕਮਾਈ ਵਾਲੇ ਸਤਿਪੁਰਖਾਂ ਦੀ ਬਖਸ਼ਿਸ਼ ਹੈ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰ ਸਿੰਘ ਸਾਹਿਬ ਜੀ ਸੰਗਤਾਂ ਨੂੰ ਸੰਬੋਧਨ ਕਰਨ ਉਸ ਤੋਂ ਬਾਅਦ ਸਾਰੀ ਜਿੰਨੀ ਸੰਗਤ ਆਈ ਹੈ ਸਾਰਿਆਂ ਨੇ ਪ੍ਰਸ਼ਾਦਾ ਗੁਰੂ ਕਾ ਲੰਗਰ ਛੱਕ ਕੇ ਜਾਣਾ ਅਖੀਰ ਵਿੱਚ ਸਾਰੀ ਆਈ ਹੋਈ ਸੰਗਤ ਦਾ ਵੀ ਬਹੁਤ ਦੂਰ ਦਰੇਡੇ ਤੋਂ ਖਾਸ ਕਰਕੇ ਇੰਗਲੈਂਡ ਤੋਂ ਸਿੰਘ ਆਏ ਨੇ ਭਾਈ ਧੰਨਾ ਸਿੰਘ ਜੀ ਭਾਈ ਰਘਵੀਰ ਸਿੰਘ ਜੀ ਭਾਈ ਪਰਮਜੀਤ ਸਿੰਘ ਜੀ ਇਹ ਇੰਗਲੈਂਡ ਤੋਂ ਇੱਥੇ ਆਏ ਹੋਏ ਨੇ ਅਤੇ ਵਿਸ਼ੇਸ਼ ਤੌਰ 'ਤੇ ਦਾਸ ਮੀਡੀਏ ਦਾ ਵੀ ਅਕਾਲ ਚੈਨਲ ਦਾ ਜਿਹੜੇ ਹੋਰ ਲੋਕਲ ਚੈਨਲ ਨੇ ਆਵਾਜ਼ ਕੌਮ ਟੀ ਵੀ ਹੈ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੀ ਪ੍ਰਬਲਤਾ ਦੇ ਨਾਲ ਬੜੀ ਮਿਹਨਤ ਦੇ ਨਾਲ ਅੱਜ ਦੇ ਸੈਮੀਨਾਰ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਦਾ ਤਹੀਆ ਕੀਤਾ ਹੈ ਤੁਹਾਡਾ ਵਿਸ਼ੇਸ਼ ਤੌਰ 'ਤੇ ਧੰਨਵਾਦ ਜਿਹੜੇ ਦੂਰ ਦਰੇਡਿਆਂ ਤੋਂ ਸਿੰਘ ਆਏ ਨੇ ਉਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਸਾਡੇ ਤੋਂ ਰਹੀਆਂ ਕਮੀਆਂ ਕਮਜ਼ੋਰੀਆਂ ਸਾਡੀਆਂ ਉਹਦੀ ਖਿਮਾ ਕਰ ਦੇਣੀ ਪਰ ਇਹਦੇ ਬਾਵਜੂਦ ਤੁਸੀਂ ਮਹਿਸੂਸ ਕੀਤਾ ਹੋਊਗਾ ਕਿ ਇਹ ਅੱਜ ਦੀ ਜਿਹੜੀ ਸਾਡੀ ਵਿਚਾਰ ਗੋਸ਼ਟੀ ਹੈ ਇਹ ਸਤਿਗੁਰੂ ਨੇ ਬਖਸ਼ਿਸ਼ ਕੀਤੀ ਬੜੀ ਵੱਡੀ ਕਾਮਯਾਬੀ ਦਿੱਤੀ ਹੈ ਇਹਨੂੰ ਆਪਾਂ ਜਾਰੀ ਰੱਖਾਂਗੇ ਸਤਿਗੁਰੂ ਰਹਿਮਤ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾ ਦਿਓ ਸੇਵਕ ਨੂੰ ਪਰਨਾ ਪ੍ਰੇਮ ਮੰਜ਼ਲ ਦੇ ਰਾਹੀ ਰੱਖਣਾ ਮਾਨ ਹਿਰਦੇ ਰਾਹੀ ਇਹ ਤੇਰੀ ਲੇਖ ਕਮਾਈ ਹੈ ਪਰਵਾਰ ਗੁਰੂ ਦਰ ਤੇ ਤੇਰਾ ਖੜਾ ਨਿਮਰਤਾ ਮਲਦੀ ਹੈ ਪਰਵਾਰ ਗੁਰੂ ਦਰ ਤੇ ਤੇਰਾ ਖੜਾ ਨਿਮਰਤਾ ਮਲਦੀ ਹੈ ਪਰਵਾਰ ਗੁਰੂ ਦਰ ਤੇ ਤੇਰੀਆਂ ਪਿਆਰ ਮੰਜ਼ਲ ਦੀਆਂ ਸਮਝਾ ਪੂਰਨ ਕਰੋ ਅਧੂਰੇ ਕੰਮ ਜਾ ਨੇਕ ਸਲਾਹ ਦਿਓ ਸੇਵਕ ਨੂੰ ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ ਮੰਗਣੀ ਭੁੱਲ ਹੈ ਗੁਣ ਉਸ ਤਾਦੀ ਅਸਲ ਗਿਆਨ
ਸਾਰੀ ਸਾਡੀ ਮਤ ਵਿਕਾਰਾਂ ਮਾਰੀ ਵਸ ਨਹੀਂ ਆਉਂਦਾ ਮਨ ਹੰਕਾਰੀ ਠੰਡ ਵਰਤਾ ਦੋ ਸੇਵਕ ਨੂੰ ਕੈਸਾ ਥੜਾ ਚਾਹੀਦਾ ਦਾਤਾ ਸੋਝੀ ਪਾ ਦੋ ਸੇਵਕ ਨੂੰ ਕੈਸਾ ਥੜਾ ਚਾਹੀਦਾ ਦਾਤਾ ਸੋਝੀ ਪਾ ਦੋ ਸੇਵਕ ਨੂੰ ਪਾ ਦਿਓ ਸੇਵਕ ਨੂੰ ਕੈਸਾ